Hello everyone, welcome to Victor's Knowledge. This is Chinu Sharma and today in this lecture we are going to take up next part from December 2021 month's important current affair. So part 1 and part 2 de MCQ mila ke total thode 150 plus current affair tiyar ho jaange te tusi e lecture bilkul vi miss nahi karna kyunki jive aun wala naib tehsildar da exam hai तो तुसी सारे इन्हां एग्जाम दे विच मेजर फोकस करंट अफेयर नू देख के ही अपनी तैयारी करनी है सो तुसी ए एमसीक्यूज नू ध्यान दे नाल याद करना सो डिटेल्ड पीपीएससी दा कोऑपरेटिव ते नायब तहसीलदार एग्जाम दे लई क्रैश कोर्स चल रहा है ऑलरेडी डेली बेसिस उत्ते मैं उत्थे लेक्चर्स अपलोड कर दियां सो जे तुसी सिर्फ कल्ले नोट्स लैणे ने फॉर नायब तहसीलदार एग्जाम और फॉर पीपीएससी कोऑपरेटिव इंस्पेक्टर ਸੋ ਤੁਸੀਂ ਇਕੱਲੇ ਨੋਟਸ ਲੈ ਸਕਦੇ ਹੋ ਇਕੱਲੇ ਟੈਸਟ ਲੈ ਸਕਦੇ ਹੋ ਸੋ ਇਹ ਸਾਰੀ ਡਿਟੇਲਸ ਮੈਂਸ਼ਨਡ ਹੈ ਜਾਂ ਫਿਰ ਜੇ ਤੁਹਾਡੀ ਕੋਈ ਵੀ ਹੋਰ ਕੁਐਰੀ ਹੈ ਤਾਂ ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਔਰ ਯੂ ਕੈਨ ਸੈਂਡ ਡਾਇਰੈਕਟ ਮੈਸੇਜ ਔਨ ਇੰਸਟਾਗ੍ਰਾਮ ਪੇਜ ਵਿਕਟਰਸ ਨੋਲੇਜ ਸੋ ਨਾਓ ਲੈਟਸ ਗੈਟ ਸਟਾਰਟਡ ਵਿਦ ਆਰ ਟੁਡੇਜ਼ ਲੈਕਚਰ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ 2021 ਦਾ 40ਵਾਂ ਐਡੀਸ਼ਨ ਹੋ ਕੇ ਹਟਿਆ ਹੈ ਇਹਦੇ ਵਿੱਚ ਕਿਹੜੀ ਅਜਿਹੀ ਸਟੇਟ ਹੈ ਜਿਹਨੇ ਗੋਲਡ ਮੈਡਲ ਅਵਾਰਡ ਜਿੱਤਿਆ ਹੈ ਤੇ ਨਾਲ ਹੀ ਇੱਕ ਹੋਰ ਫੈਕਟ ਹੈ ਕਿ ਜਿਹੜੀ ਇਹ ਸਟੇਟ ਗੋਲਡ ਮੈਡਲ ਅਵਾਰਡ ਦੀ ਜੇਤੂ ਰਹੀ ਹੈ ਉਹੀ ਸਟੇਟ ਇਸ ਟ੍ਰੇਡ ਫੇਅਰ ਦੀ ਪਾਰਟਨਰ ਸਟੇਟ ਵੀ ਸੀ ਸੋ ਰਾਈਟ ਆਨਸਰ ਹੈ ਇਹਦਾ ਆਪਸ਼ਨ ਬੀ ਬਿਹਾਰ ਸੋ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਵੀ ਕੁਐਸਚਨ ਆ ਸਕਦਾ ਹੈ ਕਿ 40th IITF ਦੀ ਪਾਰਟਨਰ ਸਟੇਟ ਕੌਣ ਸੀ ਸੋ ਉੱਥੇ ਵੀ ਤੁਹਾਡਾ ਆਨਸਰ ਬਿਹਾਰ ਹੀ ਰਹੂਗਾ ਸੋ ਇੱਕ ਕੁਐਸਚਨ ਦੇ ਵਿੱਚੋਂ ਤੁਹਾਡੇ ਦੋ ਇੰਪੋਰਟੈਂਟ ਕੁਐਸਚਨ ਤਿਆਰ ਹੋ ਰਹੇ ਹੈ ਨੈਕਸਟ ਹੈ ਹੂ ਅਮੰਗ ਦ ਫੋਲੋਇੰਗ ਹੈਜ਼ ਵਨ 7th ਡਾਕਟਰ ਐਮ ਐਸ ਸਵਾਮੀਨਾਥਨ ਅਵਾਰਡ ਫਾਰ ਦ ਪੀਰੀਅਡ 2017 ਤੋਂ 19 ਸੋ ਇਹ ਅਵਾਰਡ ਜਿੱਤਿਆ ਹੈ ਆਪਸ਼ਨ ਡੀ ਵੀ ਪ੍ਰਵੀਨ ਰਾਓ ਜੀ ਨੇ ਨੈਕਸਟ ਇਸ ਹੂ ਹੈਜ਼ ਵਨ ਦ 4th ਕਮਲਾ ਦੇਵੀ ਚਤੋਪਾਧਿਆਏ ਨਿਊ ਇੰਡੀਆ ਫਾਊਂਡੇਸ਼ਨ ਬੁੱਕ ਪ੍ਰਾਈਜ਼ 2021 ਤੇ ਕਿਹੜੀ ਬੁੱਕ ਲਈ ਇਹ ਅਵਾਰਡ ਜਿੱਤਿਆ ਸੋ ਬੁੱਕ ਦਾ ਨਾਮ ਵੀ ਤੁਸੀਂ ਯਾਦ ਰੱਖਣਾ ਹੈ ਦੈਟ ਇਜ਼ ਨਾਵਰੋਜੀ ਪਾਇਨੀਅਰ ਆਫ ਇੰਡੀਅਨ ਨੈਸ਼ਨਲਿਜ਼ਮ ਸੋ ਇਹਦੇ ਵਿਨਰ ਰਹੇ ਨੇ ਆਪਸ਼ਨ ਡੀ ਪਿੰਨਿਆਰ ਪਟੇਲ ਸਾਵਧਾਨ ਰਹੇ ਸਤਰਕ ਰਹੇ ਇੱਕ ਪਬਲਿਕ ਅਵੇਅਰਨੈਸ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੈਂਪੇਨ ਲਾਂਚ ਕੀਤਾ ਹੈ ਸੋ ਇਹਦਾ ਰੀਸੈਂਟਲੀ ਦੂਜਾ ਫੇਜ਼ ਲਾਂਚ ਕੀਤਾ ਹੈ ਤੇ ਜਿਹੜੀ ਜਾਗਰੂਕਤਾ ਹੈ ਇਹ ਹੈ ਰਿਲੇਟਿਡ ਲਾਈਫ ਇੰਸ਼ੋਰੈਂਸ ਫਰੋਡ ਸੋ ਅਲੱਗ ਅਲੱਗ ਕੰਪਨੀਜ਼ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਨਾਮ ਤੇ ਫਰੋਡ ਕਰਦੀਆਂ ਨੇ ਸੋ ਕੁਐਸਚਨ ਹੈ ਕਿ ਕਿਹੜੀ ਆਰਗੇਨਾਈਜੇਸ਼ਨ ਨੇ ਦੂਜਾ ਫੇਜ਼ ਲਾਂਚ ਕੀਤਾ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਾਈਫ ਇੰਸ਼ੋਰੈਂਸ ਫਰੋਡ ਦੇ ਖਿਲਾਫ ਸੋ ਇਹ ਆਰਗੇਨਾਈਜੇਸ਼ਨ ਹੈ ਬਜਾਜ ਫਿਨਸਰਵ ਆਪਸ਼ਨ ਏ ਨੈਕਸਟ ਇਸ ਕਿਹੜੇ ਬੈਂਕ ਨੇ ਪਾਰਟਨਰਸ਼ਿਪ ਕੀਤੀ ਹੈ ਯੂਰਪ ਬੇਸਡ ਪੇਮੈਂਟ ਐਂਡ ਟ੍ਰਾਂਜੈਕਸ਼ਨਲ ਸਰਵਿਸ ਫਰਮ ਵਰਲਡ ਲਾਈਨ ਦੇ ਨਾਲ ਈਐਮਆਈ ਪੇਮੈਂਟ ਸਟਾਰਟ ਕਰਨ ਦੇ ਲਈ ਸੋ ਇਹ ਬੈਂਕ ਹੈ ਆਪਸ਼ਨ ਬੀ ਕੋਟਕ ਮਹਿੰਦਰਾ ਬੈਂਕ ਨੈਕਸਟ ਹੈ ਰੀਸੈਂਟਲੀ ਇੱਕ ਬੈਂਕ ਨੇ ਆਪਣੇ US ਡਾਲਰ 650 ਮਿਲੀਅਨ ਦੇ ਗ੍ਰੀਨ ਬੌਂਡਸ ਲਿਸਟ ਕੀਤੇ ਨੇ ਦੋ ਸਟਾਕ ਐਕਸਚੇਂਜ ਦੇ ਵਿੱਚ ਇਕੱਠੇ ਸਾਈਮਲਟੇਨੀਅਸਲੀ ਸੋ ਇੱਕ ਕੀਤੇ ਹੈ ਇੰਡੀਅਨ INX ਦੇ ਵਿੱਚ ਇੰਟਰਨੈਸ਼ਨਲ ਐਕਸਚੇਂਜ ਵਿੱਚ ਦੂਜਾ ਲਗਜ਼ਮਬਰਗ ਸਟਾਕ ਐਕਸਚੇਂਜ ਸੋ ਇਹ ਬੈਂਕ ਹੈ ਆਪਸ਼ਨ ਡੀ SBI ਐਗਜ਼ਾਮ ਦੇ ਲਈ ਇੰਡੀਆ ਇੰਟਰਨੈਸ਼ਨਲ ਐਕਸਚੇਂਜ ਇੰਡੀਆ INX ਜਿਹਨੂੰ ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਇਹਦੇ ਨਾਲ ਰਿਲੇਟਿਡ ਇਹਦੇ ਹੈੱਡਕੁਆਰਟਰਸ ਕਿੱਥੇ ਨੇ ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਹੈ ਸੋ ਸਟੈਟਿਕ GK ਦਾ ਵੀ ਪਾਰਟ ਹੈ ਸੋ ਫਾਊਂਡ ਹੋਇਆ 2017 ਤੇ ਇਹਦੇ ਹੈੱਡਕੁਆਰਟਰਸ ਨੇ ਇੰਡੀਆ INX ਦੇ ਗਾਂਧੀ ਨਗਰ ਗੁਜਰਾਤ ਵੈਰੀ ਵੈਰੀ ਇੰਪੋਰਟੈਂਟ ਫੋਰ ਐਗਜ਼ਾਮ ਤੇ ਕਰੰਟਲੀ MD ਤੇ CEO ਨੇ ਵੀ ਬਾਲਾ ਸੁਬਰਾਮਨੀ ਨੈਕਸਟ ਇਸ ਅਰੁਣਾਚਲ ਪ੍ਰਦੇਸ਼ ਨੇ ਰੀਸੈਂਟਲੀ 50th ਈਅਰ ਸੈਲੀਬ੍ਰੇਸ਼ਨ ਕੀਤੀ ਹੈ ਇਸ ਚੀਜ਼ ਦੇ ਲਈ ਬ੍ਰਾਂਡ ਅੰਬੈਸਡਰ ਕੌਣ ਚੁਣੇ ਗਏ ਨੇ ਸੋ ਬ੍ਰਾਂਡ ਅੰਬੈਸਡਰ ਚੁਣਿਆ ਸੰਜੇ ਦੱਤ ਆਪਸ਼ਨ ਬੀ ਯੂਨੈਸਕੋ ਗੁੱਡਵਿਲ ਅੰਬੈਸਡਰ ਕੌਣ ਅਪੁਆਇੰਟ ਹੋਇਆ ਕਲਚਰਲ ਤੇ ਕ੍ਰੀਏਟਿਵ ਇੰਡਸਟਰੀ ਦੇ ਲਈ ਵੈਰੀ ਵੈਰੀ ਇੰਪੋਰਟੈਂਟ ਫਾਰ ਆਲ ਅਪਕਮਿੰਗ ਐਗਜ਼ਾਮ ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ ਨਾਓਮੀ ਕਵਾਸੀ ਨੈਕਸਟ ਹੈ ਪ੍ਰੈਜ਼ੀਡੈਂਟ ਕਲਰ ਅਵਾਰਡ ਕਿਹੜੀ ਸਟੇਟ ਪੁਲਿਸ ਨੂੰ ਇਹ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਆਨਰ ਕੀਤਾ ਗਿਆ ਹੈ ਸੋ ਰਾਈਟ ਆਨਸਰ ਹੈ ਜੇਤੂ ਪੁਲਿਸ ਰਹੀ ਹੈ ਇਸ ਅਵਾਰਡ ਦੀ ਹਿਮਾਚਲ ਪ੍ਰਦੇਸ਼ ਆਪਸ਼ਨ ਸੀ ਵਰਲਡ ਐਥਲੈਟਿਕ ਅਵਾਰਡ 2021 ਵਿੱਚ ਵਿਮੈਨ ਆਫ ਦ ਈਅਰ ਅਵਾਰਡ ਕਿਹਨੇ ਜਿੱਤਿਆ ਰਾਈਟ ਆਨਸਰ ਆਪਸ਼ਨ ਡੀ ਅੰਜੂ ਬੌਬੀ ਜਾਰਜ ਨੈਕਸਟ ਕਮ ਵੈਰੀ ਵੈਰੀ ਇੰਪੋਰਟੈਂਟ ਐਗਜ਼ਾਮ ਵਿੱਚ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਿਸ ਨੇ
ਕਿਹੜਾ ਏਅਰਪੋਰਟ ਹੈ ਜਿਹਨੂੰ ਬੈਸਟ ਏਅਰਪੋਰਟ ਇਨ ਇੰਡੀਆ ਐਂਡ ਸੈਂਟਰਲ ਏਸ਼ੀਆ ਐਡਜਜ ਕੀਤਾ ਹੈ 2021 ਦਾ ਸਕਾਈ ਟ੍ਰੈਕਸ ਨੇ। ਸੋ ਇਹ ਹੈ ਨਿਊ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਆਪਸ਼ਨ ਏ। ਨੈਕਸਟ ਇਸ ਕਿਹੜੀ ਕੰਟਰੀ ਦੇ ਨਾਲ ਅਮੈਰੀਕਾ ਨੇ 27th ਐਨੂਅਲ ਕੋਪਰੇਸ਼ਨ ਅਫਲੋਟ ਰੈਡੀਨੈਸ ਟ੍ਰੇਨਿੰਗ ਜਿਹਨੂੰ ਕਰਾਟ ਦੇ ਨਾਮ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ, ਇਹ ਮੈਰੀਟਾਈਮ ਐਕਸਰਸਾਈਜ਼ ਕੰਡਕਟ ਕੀਤਾ ਹੈ। ਸੋ ਇਹ ਕੀਤਾ ਹੈ ਬੰਗਲਾਦੇਸ਼ ਦੇ ਨਾਲ। ਸੋ US ਐਂਡ ਬੰਗਲਾਦੇਸ਼, ਇਹ ਦੋ ਨਾਮ ਯਾਦ ਰੱਖਣੇ ਨੇ। ਬਾਕੀ ਕੁਝ ਹੋਰ ਇੰਪੋਰਟੈਂਟ ਮੈਰੀਟਾਈਮ ਐਕਸਰਸਾਈਜ਼ ਨੇ ਜਿਹੜੇ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ। ਪਹਿਲਾ ਹੈ ਰੈੱਡ ਫਲੈਗ। ਸੋ ਰੈੱਡ ਫਲੈਗ ਕੰਡਕਟ ਕੀਤਾ ਜਾਂਦਾ ਹੈ ਇੰਡੀਆ ਅਤੇ US ਦੇ ਵਿਚਾਲੇ। ਅਲ ਨਾਗਾ ਇੰਡੀਆ ਐਂਡ ਓਮਾਨ, ਨਸੀਮ ਅਲ ਬਾਹਰ ਇੰਡੀਆ ਐਂਡ ਓਮਾਨ, ਇਕੂਵਰਿਨ ਇੰਡੀਆ ਐਂਡ ਮਾਲਡਿਵ, ਗਰੁੜ ਸ਼ਕਤੀ ਵੈਰੀ ਵੈਰੀ ਇੰਪੋਰਟੈਂਟ, ਕਾਫੀ ਵਾਰੀ ਐਗਜ਼ਾਮ ਵਿੱਚ ਪੁੱਛਿਆ ਗਿਆ, ਇੰਡੀਆ ਅਤੇ ਇੰਡੋਨੇਸ਼ੀਆ, ਅਤੇ ਲਾਸਟ ਵਿੱਚ ਹੈ ਡੈਜ਼ਰਟ ਵਾਰੀਅਰ ਇੰਡੀਆ ਐਂਡ ਇਜਿਪਟ। ਸੋ ਇੰਡੀਆ ਦੇ ਕੁਝ ਇੰਪੋਰਟੈਂਟ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੈਰੀਟਾਈਮ ਐਕਸਰਸਾਈਜ਼ ਦੇ ਨਾਮ ਨੇ। ਹੂ ਹੈਜ਼ ਬੀਨ ਅਪੁਆਇੰਟਡ ਐਜ ਫਸਟ ਡੈਪਟੀ MD ਆਫ IMF? ਸੋ ਰਾਈਟ ਆਨਸਰ ਇਜ਼ ਆਪਸ਼ਨ D, ਗੀਤਾ ਗੋਪੀਨਾਥ। ਇਹ ਵੀ ਕੁਐਸਚਨ ਐਗਜ਼ਾਮ ਵਿੱਚ ਆਉਣ ਦੇ ਬਹੁਤ ਜ਼ਿਆਦਾ ਹਾਈ ਚਾਂਸਿਸ ਹੈ। ਨੈਕਸਟ, ਕਿਹੜੀ ਸਟੇਟ ਦੇ ਮੁੱਖ ਮੰਤਰੀ ਨੇ ਇੱਕ ਵੈਬ ਪੋਰਟਲ ਲਾਂਚ ਕੀਤਾ ਹੈ ਜਿਹਦਾ ਨਾਮ ਹੈ ਹਮਾਰ ਅਪਨ ਬਜਟ, ਅਤੇ ਇੱਕ ਮੋਬਾਈਲ ਐਪਲੀਕੇਸ਼ਨ ਵੀ ਲਾਂਚ ਕੀਤੀ ਹੈ ਜਿਹਨੂੰ ਸਟੇਟ ਫਾਈਨੈਂਸ ਡਿਪਾਰਟਮੈਂਟ ਨੇ ਬਣਾਇਆ ਹੈ। ਸੋ ਇਹ ਹੈ ਝਾਰਖੰਡ ਆਪਸ਼ਨ B। ਅਰਥ ਸਟੇਸ਼ਨ ਆਫ ਦੂਰਦਰਸ਼ਨ ਕੇਂਦਰ ਕਿਹੜੀ ਸਿਟੀ ਵਿੱਚ ਇਨੋਗਰੇਟ ਕੀਤਾ ਗਿਆ ਹੈ? ਸੋ ਦਿਸ ਹੈਜ਼ ਬੀਨ ਇਨੋਗਰੇਟਡ ਇਨ ਗੋਰਖਪੁਰ, ਆਪਸ਼ਨ A। ਗਵਰਨਮੈਂਟ ਵਿਲ ਲਾਂਚ ਸ੍ਰੇਸ਼ਟ ਸਕੀਮ ਫੋਰ ਸੋਸ਼ੋ ਇਕਨੋਮਿਕ ਅਪਲਿਫਟਮੈਂਟ ਐਂਡ ਓਵਰਆਲ ਡਿਵੈਲਪਮੈਂਟ ਆਫ SC ਸਟੂਡੈਂਟ। ਸ਼ਡਿਊਲ ਕਾਸਟ ਸਟੂਡੈਂਟਸ ਦੇ ਲਈ ਸਰਕਾਰ ਨੇ ਇੱਕ ਸਕੀਮ ਲਾਂਚ ਕੀਤੀ ਹੈ ਜਿਹਦਾ ਨਾਮ ਹੈ ਸ੍ਰੇਸ਼ਟ। ਸੋ ਆਪਾਂ ਨੇ ਦੱਸਣਾ ਹੈ ਕਿ ਸ੍ਰੇਸ਼ਟ ਸਕੀਮ ਦੇ ਵਿੱਚ ਜਿਹੜੀ ਦੂਜੀ S ਹੈ, ਸੈਕਿੰਡ S, ਇਹਦਾ ਮਤਲਬ ਕੀ ਹੈ? ਸੋ ਸੈਕਿੰਡ S ਸਟੈਂਡ ਫੋਰ ਸਟੂਡੈਂਟਸ, ਆਪਸ਼ਨ C, ਅਤੇ ਹੁਣ ਆਪਾਂ ਇਹਦੀ ਪੂਰੀ ਫੁੱਲ ਫਾਰਮ ਵੀ ਦੇਖ ਲੈਂਦੇ ਹਾਂ। ਸੋ ਸ੍ਰੇਸ਼ਟ ਸਕੀਮ ਦੀ ਪੂਰੀ ਫੁੱਲ ਫਾਰਮ ਵੀ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹਦੀ ਫੁੱਲ ਫਾਰਮ ਹੈ ਰੈਜ਼ੀਡੈਂਸ਼ੀਅਲ ਐਜੂਕੇਸ਼ਨ ਫੋਰ ਸਟੂਡੈਂਟਸ। ਸੋ ਜੋ ਆਪਣਾ ਆਨਸਰ ਵੀ ਹੈ, ਸੈਕਿੰਡ S ਸਟੈਂਡਸ ਫੋਰ ਸਟੂਡੈਂਟਸ ਇਨ ਹਾਈ ਸਕੂਲਸ ਇਨ ਟਾਰਗੇਟਿਡ ਏਰੀਆਜ਼। ਸੋ ਇਹਦੀ ਫੁੱਲ ਫਾਰਮ ਵੀ ਤੁਸੀਂ ਯਾਦ ਰੱਖਣੀ ਹੈ, ਇਨ ਟਾਰਗੇਟਿਡ ਏਰੀਆਜ਼। ਨੈਕਸਟ ਇਸ ਕਿਸਾਨਾਂ ਨੂੰ ਫਾਰਮ ਪ੍ਰੋਡਕਟਸ, ਫਾਰਮ ਇੰਪਲੀਮੈਂਟਸ ਅਤੇ ਟਰੈਕਟਰ ਵਗੈਰਾ ਖਰੀਦਣ ਦੇ ਲਈ ਅਡਾਨੀ ਕੈਪੀਟਲ ਦੇ ਨਾਲ ਕਿਹੜੇ ਬੈਂਕ ਨੇ ਪਾਰਟਨਰਸ਼ਿਪ ਕੀਤੀ ਹੈ ਟੂ ਪ੍ਰੋਵਾਈਡ ਸਪੋਰਟ ਫੋਰ ਕੋ ਲੈਂਡਿੰਗ ਟੂ ਫਾਰਮਰ ਫੋਰ ਪਰਚੇਜ ਆਫ ਟਰੈਕਟਰ ਐਂਡ ਫਾਰਮ ਇੰਪਲੀਮੈਂਟ? ਸੋ ਇਹ ਬੈਂਕ ਹੈ SBI, ਆਪਸ਼ਨ B। ਨੈਕਸਟ ਇਸ PM ਮੋਦੀ ਨੇ ਇਨੋਗਰੇਟ ਕੀਤਾ ਅਤੇ ਬਹੁਤ ਸਾਰੇ ਪ੍ਰੋਜੈਕਟ ਲਾਂਚ ਕੀਤੇ ਨੇ ਦੇਹਰਾਦੂਨ ਦੇ ਵਿੱਚ। ਜਿਹੜਾ ਪ੍ਰੋਜੈਕਟ ਹੈ ਉਹਦੇ ਵਿੱਚੋਂ ਇੱਕ ਪ੍ਰੋਜੈਕਟ ਹੈ ਦਿੱਲੀ ਦੇਹਰਾਦੂਨ ਇਕਨੋਮਿਕ ਕੋਰੀਡੋਰ। ਸੋ ਇਸ ਪਰਟੀਕੁਲਰ ਪ੍ਰੋਜੈਕਟ ਦੀ ਟੋਟਲ ਕਿੰਨੀ ਲਾਗਤ ਹੈ, ਕਿੰਨਾ ਖਰਚਾ ਆਊਗਾ, ਕੋਸਟ ਕੀ ਹੈ? ਸੋ ਰਾਈਟ ਆਨਸਰ ਹੈ ਆਪਸ਼ਨ C, 8300 ਕਰੋੜ। ਨੈਕਸਟ ਇਸ ਵਿਚ ਬੈਂਕ ਹੈਜ਼ ਲਾਂਚਡ ਐਂਡ ਐਕਸਕਲੂਸਿਵਲੀ ਫੀਚਰ ਰਿਚ ਸੇਵਿੰਗ ਬੈਂਕ ਪ੍ਰੋਡਕਟ ਫਾਰ ਵਿਮੈਨ ਨੇਮ ਮਹਿਲਾ ਮਿੱਤਰਾ ਪਲੱਸ? ਸੋ ਮਹਿਲਾ ਮਿੱਤਰਾ ਪਲੱਸ ਹੈ ਫੈਡਰਲ ਬੈਂਕ ਬਾਰੇ। ਨੈਕਸਟ ਇਸ ਹੂ ਹੈਜ਼ ਬੀਨ ਅਪੁਆਇੰਟਡ ਐਜ ਬ੍ਰਾਂਡ ਅੰਬੈਸਡਰ ਆਫ ਕਿਨਾਰਾ ਕੈਪੀਟਲ? ਕਿਨਾਰਾ ਕੈਪੀਟਲ ਦੇ ਬ੍ਰਾਂਡ ਅੰਬੈਸਡਰ ਚੁਣੇ ਗਏ ਹੈ ਆਪਸ਼ਨ C, ਇੰਡੀਅਨ ਕ੍ਰਿਕਟਰ ਰਵਿੰਦਰ ਜਡੇਜਾ। ਸੋ ਨੈਕਸਟ ਹੁਣ ਆਪਾਂ ਕੁਝ ਹੋਰ ਲਿਸਟ ਦੇਖ ਲੈਂਦੇ ਹਾਂ ਬ੍ਰਾਂਡ ਅੰਬੈਸਡਰ ਦੀ, ਜੋ ਕਾਫੀ ਸਮੇਂ ਤੋਂ ਕਰੰਟ ਅਫੇਅਰ ਦੇ ਵਿੱਚ ਵੀ ਰਹੇ ਨੇ ਅਤੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਨੰਬਰ 1 ਹੈ ਰਾਹੁਲ ਦ੍ਰਾਵਿੜ। ਇਹ ਬ੍ਰਾਂਡ ਅੰਬੈਸਡਰ ਨੇ ਕਿਡਸ ਫੁੱਟਵੇਅਰ ਬ੍ਰਾਂਡ ਪਲੈਟੋ ਦੇ MC ਮੈਰੀਕੋਮ, ਟ੍ਰਾਈਫੈਡ ਆਦਿ ਮਹੋਤਸਵ, ਮਹਾਰਾਸ਼ਟਰ ਕੋਵਿਡ ਵੈਕਸੀਨੇਸ਼ਨ ਦੇ ਅੰਬੈਸਡਰ ਸਲਮਾਨ ਖਾਨ, ਵੈਰੀ ਵੈਰੀ ਇੰਪੋਰਟੈਂਟ। ਅਤੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਪੰਜਾਬ ਕੋਵਿਡ ਵੈਕਸੀਨੇਸ਼ਨ ਅੰਬੈਸਡਰ ਕੌਣ ਹੈ? ਨੈਕਸਟ ਇਸ ਸੈਂਚਰੀ LEDs, ਮਾਗਿਕ ਰੇਜ, ਸੌਰਵ ਗਾਂਗੁਲੀ, ਗੂਵੀ। ਇਹ ਆਪਾਂ ਨੇ ਕੱਲ ਪਾਰਟ 1 ਦੇ ਅੰਦਰ ਕੀਤਾ ਸੀ। ਸਮ੍ਰਿਤੀ ਮੰਦਾਨਾ, ਇੰਡੀਅਨ ਵਿਮੈਨ ਕ੍ਰਿਕਟਰ। 50th ਈਅਰ ਸੈਲੀਬ੍ਰੇਸ਼ਨ ਆਫ ਅਰੁਣਾਚਲ ਪ੍ਰਦੇਸ਼, ਇਹ ਆਪਾਂ ਹੁਣੇ ਦੇਖ ਕੇ ਹਟੇ ਹਾਂ, ਸੰਜੇ ਦੱਤ। ਯੂਨੈਸਕੋ ਗੁੱਡਵਿਲ ਅੰਬੈਸਡਰ ਫਾਰ ਕਲਚਰਲ ਐਂਡ ਕ੍ਰੀਏਟਿਵ ਇੰਡਸਟਰੀ, ਇਹ ਵੀ ਆਪਾਂ ਨੇ ਅੱਜ ਦੇ ਲੈਕਚਰ ਦੇ ਅੰਦਰ ਹੀ ਡਿਸਕਸ ਕੀਤਾ ਹੈ, ਨਾਓਮੀ ਕਵਾਸੇ। ਸੋ ਇਹ ਸਾਰੇ ਦੇ ਸਾਰੇ ਤੁਸੀਂ ਯਾਦ ਰੱਖਣੇ ਹੈ।
नेक्स्ट इज इनलैंड वाटरवे अथॉरिटी ऑफ इंडिया ने अपने चेयरमैन किनू नियुक्त किया है। सो राइट आंसर है ऑप्शन बी संजय बांदोपाध्याय। बी डब्ल्यू एफ बैडमिंटन वर्ल्ड फेडरेशन मेल प्लेयर ऑफ द ईयर 2021 कौन बने ने? राइट आंसर है ऑप्शन ए विक्टर एक्सेल सेन। सो डेनमार्क दे ने विक्टर एक्सेल सेन ते चाइना टाइपे दी ताई जू यिंग ए फीमेल प्लेयर ऑफ द ईयर बने हैं 2021। सो ये दोनों नाम मेल ते फीमेल प्लेयर दे थोनू याद होने चाहिए हैं। नेक्स्ट इज हु इज द ऑथर ऑफ न्यू बुक टाइटल 1971 चार्ज ऑफ गोरखास एंड अदर स्टोरी। सो राइट आंसर इज ऑप्शन सी रचना बिष्ट रावत। इंडिया ते बांग्लादेश ने डिसाइड किया कि ओह किस दिन मैत्री दिवस सैलीब्रेट करेंगे। सो द डेट इज 6 दिसंबर ऑप्शन बी। महापरिनिर्वाण दिवस 6 दिसंबर नू ऑब्जर्व किया जाता है की दी डेथ एनिवर्सरी ते। सो दिस इज ऑब्जर्वड ऑन डेथ एनिवर्सरी ऑफ बी आर अंबेडकर डॉक्टर भीमराव अंबेडकर ऑप्शन डी। सुब्रमण्यम जयशंकर ने 5th इंडियन ओशियन कॉन्फ्रेंस अटेंड की आबू धाबी विच। जेड़ी 5वीं इंडियन ओशियन कॉन्फ्रेंस है एदा थीम की सी? सो थीम बहुत ही ज्यादा इंपॉर्टेंट एग्जाम दे लई। राइट आंसर है ऑप्शन डी इंडियन ओशियन इकोलॉजी इकोनॉमी एपिडेमिक। विच ऑफ द फॉलोइंग हैज पार्टनर विद एमेजॉन वेब सीरीज टू ऑफर स्टार्टअप टूलकिट फॉर एंटरप्रेन्योर। सो नवे जिहड़े कोई बिजनेस अपना खोलना चाहुंदा उन्हां लई एक स्टार्टअप टूलकिट स्टार्ट कीती है एमेजॉन वेब सीरीज दे नाल पार्टनरशिप कीती है पेटीएम ने ऑप्शन बी। यूनिक्स दे ब्रांड मास्टर कौन बने ने? सो इंडियन क्रिकेटर स्पेशली ए बॉलर ने जसप्रीत बुमराह ऑप्शन डी। नेम द जॉइंट मिलिट्री एक्सरसाइज जिहदा 11वां एडिशन कंडक्ट कीता है इंडिया ते मालदीव ने कार्डू आइलैंड मालदीव्स विच। सो ए मैं थोनू हुनी जदों मैं लिस्ट दसी सीगी मिलिट्री एक्सरसाइजेस दी ओदे विच भी दस्या सी। सो दिस इज इकोविरिन ऑप्शन सी वेरी वेरी इंपॉर्टेंट फॉर एग्जाम। सो ए भी तुसी याद रखने हैं बाकी जिहड़ी मैं थोनू पहला लिस्ट दसी है ओ भी थोनू सारे अलग तो याद होने चाहिए हैं। नेक्स्ट है केड़ी टेनिस टीम ने डेविस कप जितया 2021 दा मैड्रिड विच जो पूरा टूरनामेंट होया सी? सो इहदे विनर रही है ऑप्शन बी रशिया। काफ़ी वारी एग्जाम दे विच स्टार्टिंग जीके दे अंदर डायरेक्ट क्वेश्चन आउंदा जदों भी स्पोर्ट्स एंड गेम्स नाल रिलेटेड क्वेश्चन आउंदे ने कि डेविस कप केड़ी गेम केड़ी स्पोर्ट नाल रिलेटेड है। सो जदों भी तुसीं करंट अफेयर करदे हो तां उहदे विचों जिन्ने भी स्टैटिक क्वेश्चन निकलदे ने तुसीं उह वी नाल दी नाल जरूर तैयार करिया करो। पब्लिक सर्विस एथिक अ क्वेस्ट फॉर नैतिक भारत एम वेंकैया नायडू जी ने रिलीज की। इस बुक के ऑथर कौन है? सो इस बुक नू लिखे है प्रभात कुमार ऑप्शन ए। एडम बोरो दूजी बारी केड़ी कंट्री के राष्ट्रपति बने ने? वेरी इंपॉर्टेंट ऑप्शन डी गैम्बिया। विच स्मॉल फाइनेंस बैंक हैज साइंड अ पार्टनरशिप अग्रीमेंट विद फिनटेक फर्म इंडिया गोल्ड टू लॉन्च इंडिया फर्स्ट लोन अगेंस्ट डिजिटल गोल्ड। सो ए स्टार्ट किया है ऑप्शन डी शिवालिक स्मॉल फाइनेंस बैंक ने। नेक्स्ट इज हु हैज बीन अपॉइंटेड एज नेक्स्ट प्रेजिडेंट ऑफ एफ आई सी सी आई। सो प्रेजिडेंट बने ने फेडरेशन ऑफ इंडियन चैम्बर ऑफ कॉमर्स एंड इंडस्ट्री दे संजीव मेहता ऑप्शन सी। साहित्य अकैडमी के पद्मश्री अवार्डी असमिस पोएट 56 जननीपित अवार्ड जीतने वाली कौन है? सो राइट आंसर है ऑप्शन डी नीलमणि फूकन। इन्हां चारां दे विच्चों नैक्सट 57 जननीपित अवार्ड किने जीते है? सो ए अवार्ड जीते है दमोदर माउजर ने ऑप्शन बी। नेम द इंडियन शटलर हु हैज वॉन सिल्वर एट बैडमिंटन वर्ल्ड फेडरेशन वर्ल्ड टूर फाइनल 2021। सो सिल्वर मेडल जीते है पीवी सिंधु ऑप्शन बी। आर्म्ड फोर्स फ्लैग डे किस दिन ऑब्जर्व किया जाता है इंडिया विच? सो दिस इज ऑब्जर्वड ऑन 7th of December ऑप्शन ए। इंडिया की पहली महिला साइकेट्रिस्ट जिन्हों की रीसेंटली डेथ हुई है? सो शी इज सरद मेनन ऑप्शन बी। नेम द चीफ ऑफ डिफेंस स्टाफ जिन्हों की रीसेंटली डेथ हुई है आई एफ चॉपर क्रैश के विच तमिलनाडु। सो ए ने ऑप्शन सी बिपिन रावत।
ਇੰਡੀਅਨ ਵਿਮਨ ਜਿਹੜੀ 37 ਪੋਜੀਸ਼ਨ ਤੇ ਸੀ 2021 ਦੇ ਲਿਸਟ ਵਿੱਚ ਇਨ ਵਰਲਡਸ ਟੌਪ 100 ਮੋਸਟ ਪਾਵਰਫੁਲ ਵਿਮਨ ਬਾਈ ਫੋਰਬਸ। ਸੋ ਤੁਸੀਂ ਉੱਥੇ ਯਾਦ ਰੱਖਣਾ ਹੈ ਕਿ ਕਿਹਦੇ ਬਾਰੇ ਪੁੱਛਿਆ ਗਿਆ, ਕਿਹੜੀ ਲਿਸਟ ਵਿੱਚ, ਟਾਈਮਸ ਮੈਗਜ਼ੀਨ ਬਾਰੇ ਪੁੱਛਿਆ ਗਿਆ, ਫੋਰਬਸ ਬਾਰੇ ਪੁੱਛਿਆ ਗਿਆ। ਸੋ ਇਹ ਤੁਸੀਂ ਕੁਐਸਚਨ ਨੂੰ ਧਿਆਨ ਦੇ ਨਾਲ ਪੜ੍ਹ ਕੇ ਆਨਸਰ ਦੇਣਾ ਹੈ। ਸੋ ਇਹਦਾ ਰਾਈਟ ਆਨਸਰ ਹੈ ਜੋ 37 ਪੋਜੀਸ਼ਨ ਤੇ ਆਇਆ ਹੈ, ਨਿਰਮਲਾ ਸੀਤਾਰਮਨ, ਇੰਡੀਆ ਦੀ ਫਾਈਨਾਂਸ ਮਿਨਿਸਟਰ, ਆਪਸ਼ਨ ਏ। ਪਿਰਾਮਲ ਰਿਐਲਿਟੀ ਦੇ ਬ੍ਰਾਂਡ ਅੰਬੈਸਡਰ ਕੌਣ ਬਣਿਆ? ਆਪਸ਼ਨ ਸੀ, ਫਰਹਾਨ ਅਖਤਰ। WTA ਪਲੇਅਰ ਆਫ ਦਾ ਈਅਰ ਅਵਾਰਡ ਦੂਜੀ ਵਾਰੀ ਕਿਹਨੇ ਜਿੱਤਿਆ? ਐਸ਼ਲੇ ਬੈਟੇ, ਆਪਸ਼ਨ ਡੀ। ਐਟ ਹੋਮ ਇਨ ਦਾ ਯੂਨੀਵਰਸ ਕਿਹਦੀ ਆਤਮਕਥਾ ਹੈ? ਸੋ ਇਹ ਆਟੋਬਾਇਓਗ੍ਰਾਫੀ ਹੈ ਬਾਲਾ ਕ੍ਰਿਸ਼ਨ ਮਧੁਰ ਦੀ। ਇੰਟਰਨੈਸ਼ਨਲ ਐਂਟੀ ਕਰਪਸ਼ਨ ਡੇ ਕਿਸ ਦਿਨ ਓਬਜ਼ਰਵ ਕੀਤਾ ਜਾਂਦਾ ਹੈ? ਸੋ ਦਿਸ ਇਜ਼ ਸੈਲੀਬ੍ਰੇਟਡ ਐਵਰੀ ਈਅਰ ਔਨ 9th ਆਫ ਦਸੰਬਰ, ਆਪਸ਼ਨ ਬੀ। ਨੈਕਸਟ ਹੈ, ਫੋਰਚੂਨ ਇੰਡੀਆ ਲਿਸਟ ਦੇ ਮੁਤਾਬਿਕ ਮੋਸਟ ਪਾਵਰਫੁਲ ਵਿਮੈਨ ਇਹਨਾਂ ਸਾਰਿਆਂ ਦੇ ਵਿੱਚੋਂ ਕੌਣ ਬਣੇ ਹੈ? ਸੋ ਮੋਸਟ ਪਾਵਰਫੁਲ ਵਿਮੈਨ ਨੰਬਰ 1 ਤੇ ਜਿਹੜੀ ਆਈ ਹੈ ਨਿਰਮਲਾ ਸੀਤਾਰਮਨ। ਸੋ ਪਿੱਛੇ ਆਪਾਂ ਨੇ ਇੱਕ ਲਿਸਟ ਦੇਖੀ ਸੀ ਫੋਰਬਸ ਦੇ ਦੁਆਰਾ 37th ਰੈਂਕ। ਸੋ ਇਹ ਗੱਲ ਹੋ ਰਹੀ ਹੈ ਇੰਡੀਆ ਦੀ, ਫੋਰਚੂਨ ਇੰਡੀਆਸ ਲਿਸਟ, ਤੇ ਇਹਦੇ ਵਿੱਚ ਫਸਟ ਰੈਂਕ ਤੇ ਆਈ ਹੈ ਨਿਰਮਲਾ ਸੀਤਾਰਮਨ। ਨੈਕਸਟ ਹੈ, ਯੂਨੀਅਨ ਕੈਬਨਿਟ ਨੇ ਰੀਸੈਂਟਲੀ ਇੱਕ ਸਕੀਮ ਹੈ ਜਿਹਦੇ ਟਾਈਮ ਪੀਰੀਅਡ ਨੂੰ ਐਕਸਟੈਂਡ ਕਰਤਾ ਕਿ ਉਹ ਹੋਰ ਥੋੜੇ ਸਮੇਂ ਤੱਕ ਚੱਲਦੀ ਰਹੂਗੀ। ਸੋ ਉਹ ਹੈ PM ਆਵਾਸ ਯੋਜਨਾ ਗ੍ਰਾਮੀਣ। ਸੋ ਇਹਦੀ ਕੰਟੀਨਿਊਟੀ ਅਪਰੂਵ ਕੀਤੀ ਹੈ ਮਾਰਚ 2024 ਤੱਕ, ਆਪਸ਼ਨ ਸੀ। ਵਿਚ ਪੇਮੈਂਟ ਬੈਂਕ ਹੈਜ਼ ਰੀਸੈਂਟਲੀ ਗੋਟ RBI's ਅਪਰੂਵਲ ਟੂ ਫੰਕਸ਼ਨ ਐਜ ਸ਼ਡਿਊਲਡ ਪੇਮੈਂਟ ਬੈਂਕ? ਸੋ ਸ਼ਡਿਊਲਡ ਪੇਮੈਂਟ ਬੈਂਕ ਦੀ ਲਿਸਟ ਵਿੱਚ ਪਾਇਆ ਗਿਆ Paytm ਪੇਮੈਂਟ ਬੈਂਕ ਨੂੰ, ਆਪਸ਼ਨ ਏ। ਯੰਗ ਜੀਓਸਪੇਸ਼ੀਅਲ ਸਾਇੰਟਿਸਟ ਅਵਾਰਡ 2021 ਦਾ ਕਿਹਨੂੰ ਮਿਲਿਆ? ਤੇ ਇਹਨਾਂ ਨੇ ਡਿਵੈਲਪ ਕੀਤਾ ਸੀ ਇੰਡੀਅਨ ਜੀਓਇਡ ਮਾਡਲ ਤੇ ਕੰਪਿਊਟੇਸ਼ਨ ਸੋਫਟਵੇਅਰ, ਜਿਹਦੇ ਕਰਕੇ ਇਹ ਅਵਾਰਡ ਮਿਲਿਆ। ਸੋ ਇਸ ਅਵਾਰਡ ਦੇ ਜੇਤੂ ਨੇ ਰੁਪੇਸ਼ ਗੋਇਲ, ਵੈਰੀ ਵੈਰੀ ਇੰਪੋਰਟੈਂਟ ਫਾਰ ਆਲ ਅਪਕਮਿੰਗ ਐਗਜ਼ਾਮ। ਰਾਈਟ ਆਨਸਰ ਇਜ਼ ਆਪਸ਼ਨ ਸੀ। ਸਾਰਕ ਚਾਰਟਰ ਡੇ ਕਿਸ ਦਿਨ ਓਬਜ਼ਰਵ ਕੀਤਾ ਜਾਂਦਾ ਹੈ? ਸੋ ਇਟ ਇਜ਼ ਓਬਜ਼ਰਵਡ ਐਨੂਅਲੀ ਔਨ 8th ਆਫ ਦਸੰਬਰ। ਸੋ ਸਾਰਕ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇੰਟਰਨੈਸ਼ਨਲ ਔਰਗਨਾਈਜੇਸ਼ਨ ਹੈ ਜਿਹੜੀ ਐਸ ਸੱਚ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦੀ ਹੈ, ਕਿਸੇ ਵੀ ਫੋਰਮ ਵਿੱਚ ਆ ਸਕਦੀ ਹੈ। ਸੋ ਤੁਹਾਨੂੰ ਇਹਦੇ ਕੁਝ ਇੰਪੋਰਟੈਂਟ ਫੈਕਟਸ ਪਤਾ ਹੋਣੇ ਚਾਹੀਦੇ ਆ। ਪਹਿਲੀ ਚੀਜ਼ ਤਾਂ ਆਪਾਂ ਦੇਖ ਲੈਂਦੇ ਹਾਂ ਕਿ ਜਿਹੜਾ ਕੁਐਸਚਨ ਹੈ ਚਾਰਟਰ ਬਾਰੇ, ਇਹਦੀ ਕੀ ਰੈਲੇਵੈਂਸ ਹੈ। ਸਾਰਕ ਦੀ ਫੁੱਲ ਫੋਰਮ, ਵੈਰੀ ਵੈਰੀ ਇੰਪੋਰਟੈਂਟ, ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ, ਸਭ ਤੋਂ ਪਹਿਲਾਂ ਤਾਂ ਇਹਦੀ ਫੁੱਲ ਫੋਰਮ ਯਾਦ ਕਰ ਲਓ। ਤੇ ਜਿਹੜਾ ਚਾਰਟਰ ਡੇ ਓਬਜ਼ਰਵ ਕੀਤਾ ਜਾਂਦਾ ਹੈ 8 ਦਸੰਬਰ ਨੂੰ। ਸੋ ਜਿਸ ਦਿਨ ਸਾਰਕ ਤਿਆਰ ਕਰਨ ਦੇ ਲਈ ਚਾਰਟਰ ਅਗਰੀਮੈਂਟ ਸਾਈਨ ਕੀਤਾ ਗਿਆ, ਉਸ ਦਿਨ ਨੂੰ ਚਾਰਟਰ ਡੇ ਦੇ ਨਾਮ ਨਾਲ ਆਪਾਂ ਸੈਲੀਬ੍ਰੇਟ ਕਰਦੇ ਹਾਂ। ਚਾਰਟਰ ਕਿਹਨੇ ਸਾਈਨ ਕੀਤਾ? ਸੋ ਚਾਰਟਰ ਸਾਈਨ ਕੀਤਾ ਸੀ ਸਾਰਕ ਕੰਟਰੀਜ਼ ਦੇ ਹੈੱਡ ਆਫ ਸਟੇਟ, ਗਵਰਨਮੈਂਟ ਆਫ ਬਾਂਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵ, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ। ਤੇ ਇਹ ਕਦੋਂ ਕੀਤਾ ਸੀ? 8 ਦਸੰਬਰ 1985 ਨੂੰ, ਜਦੋਂ ਪਹਿਲਾ ਸਾਰਕ ਸਮਿਟ ਹੋਇਆ। ਸੋ ਪਹਿਲਾ ਸਾਰਕ ਸਮਿਟ ਕਿੱਥੇ ਹੋਇਆ, ਕਿਸ ਡੇਟ ਨੂੰ ਹੋਇਆ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਇਹ ਹੋਇਆ ਢਾਕਾ, ਬਾਂਗਲਾਦੇਸ਼। ਸੋ ਸਾਰਕ ਨਾਲ ਰਿਲੇਟਡ ਕੁਝ ਹੋਰ ਇੰਪੋਰਟੈਂਟ ਫੈਕਟ ਦੇਖ ਲੈਂਦੇ ਹਾਂ। ਫਾਊਂਡਡ ਆਪਾਂ ਨੇ ਪੜ੍ਹ ਲਿਆ ਜਿਸ ਦਿਨ ਚਾਰਟਰ ਸਾਈਨ ਕੀਤਾ ਗਿਆ 8 ਦਸੰਬਰ 1985। ਹੈੱਡਕੁਆਰਟਰਸ ਨੇ ਕਾਠਮਾਂਡੂ, ਨੇਪਾਲ, ਤੇ ਕਰੰਟਲੀ ਇਹਨੂੰ ਚੇਅਰ ਹੈੱਡ ਵੀ ਕਰ ਰਿਹਾ ਨੇਪਾਲ। ਤੇ ਇਸ ਟਾਈਮ ਦੇ ਸੈਕਰੇਟਰੀ ਜਨਰਲ ਨੇ ਸਾਕ ਦੇ ਸ਼੍ਰੀਲੰਕਾ ਦੇ ਇਸੈਲਾ ਰੁਵੈਨ ਵੀਰਾਕੁਲ। ਸੋ ਇਹ ਕੁਝ ਇੰਪੋਰਟੈਂਟ ਫੈਕਟ ਰਿਲੇਟਡ ਟੂ ਸਾਕ ਤੁਸੀਂ ਯਾਦ ਰੱਖਣੇ ਆ। ਪਦਮ ਸ਼੍ਰੀ ਅਵਾਰਡੀ ਨੰਦ ਕਿਸ਼ੋਰ ਪ੍ਰਸਤੀ, ਰੀਸੈਂਟਲੀ ਇਹਨਾਂ ਦੀ ਡੈਥ ਹੋਈ, ਇਹ ਕੌਣ ਸੀ? ਸੋ ਇਹ ਸੀ ਇੱਕ ਟੀਚਰ, ਆਪਸ਼ਨ ਡੀ। ਨੇਮ ਦੀ ਐਗਜ਼ੈਕਟਿਵ ਡਾਇਰੈਕਟਰ ਆਫ ਸੀਰਮ ਇੰਸਟੀਚਿਊਟ ਆਫ ਇੰਡੀਆ ਜਿਨ੍ਹਾਂ ਦੀ ਰੀਸੈਂਟਲੀ ਡੈਥ ਹੋਈ ਹੈ। ਸੋ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਐਗਜ਼ੈਕਟਿਵ ਡਾਇਰੈਕਟਰ ਹੈ ਸੁਰੇਸ਼ ਜਾਧਵ, ਤੇ ਇਹਦੇ CEO ਨੇ ਅਦਾਰ ਪੂਨਾਵਾਲਾ। ਨੈਕਸਟ ਇਜ਼, ਨੀਤੀ ਆਯੋਗ ਨੇ ਪਲਾਨ ਕੀਤਾ ਹੈ ਕਿ ਉਹ 1000 ਅਟਲ ਟਿੰਕਰਿੰਗ ਲੈਬੋਰਟਰੀ ਖੋਲ੍ਹਣਗੇ, ਕਿਹੜੀ UT ਵਿੱਚ? ਸੋ ਇਨ ਦਾ UT ਆਫ ਜੰਮੂ ਐਂਡ ਕਸ਼ਮੀਰ, ਆਪਸ਼ਨ ਏ। ਕੇਨ ਬੇਤਵਾ ਇੰਟਰਲਿੰਕਿੰਗ ਆਫ ਰਿਵਰ ਪ੍ਰੋਜੈਕਟ, ਇਹਨੂੰ ਰੀਸੈਂਟਲੀ ਸੈਂਟਰਲ ਕੈਬਨਿਟ ਹੈ ਜਿਹੜੀ ਯੂਨੀਅਨ ਕੈਬਨਿਟ, ਉਹਨੂੰ ਅਪਰੂਵ ਕੀਤਾ ਹੈ। ਕੁੱਲ ਇਸ ਪ੍ਰੋਜੈਕਟ ਦੇ ਲਈ ਕਿੰਨਾ ਖਰਚਾ ਆਊਗਾ, ਓਵਰਆਲ ਕੋਸਟ ਕਿੰਨੀ ਹੈ ਕੇਨ ਬੇਤਵਾ ਲਿੰਕ ਪ੍ਰੋਜੈਕਟ ਦੀ? ਸੋ ਇਹਦੀ ਕੋਸਟ ਹੈ
44,605 ਕਰੋੜ ਸੋ ਆਪਸ਼ਨ ਬੀ ਇਜ਼ ਦ ਰਾਈਟ ਆਨਸਰ ਤੇ ਇੱਕ ਹੋਰ ਕੁਐਸਚਨ ਵੀ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਬਣਦਾ ਹੈ ਇੰਡੀਅਨ ਜੀਓਗ੍ਰਾਫੀ ਦੇ ਅੰਦਰ ਕਿ ਕੇਨ ਬੇਤਵਾ ਲਿੰਕ ਪ੍ਰੋਜੈਕਟ ਕਿਹੜੀਆਂ ਕਿਹੜੀਆਂ ਸਟੇਟਸ ਦੇ ਵਿੱਚ ਆਉਂਦਾ ਸੋ ਇਹ ਆਉਂਦਾ ਕੇਨ ਇਨ ਐਮਪੀ ਟੂ ਬੇਤਵਾ ਇਨ ਯੂਪੀ ਸੋ ਐਮਪੀ ਤੇ ਯੂਪੀ ਕਈ ਵਾਰੀ ਐਗਜ਼ਾਮ ਦੇ ਵਿੱਚ ਸਟੇਟਮੈਂਟ ਬੇਸਡ ਜਦੋਂ ਕੁਐਸਚਨ ਆਉਂਦੇ ਨੇ ਤਾਂ ਉਦੋਂ ਇਸ ਤਰ੍ਹਾਂ ਦੇ ਆਮ ਤੌਰ ਤੇ ਸਟੇਟਮੈਂਟ ਦੇਖਣ ਨੂੰ ਮਿਲਦੀਆਂ ਨੇ ਸੋ ਇੱਕ ਸਟੇਟਮੈਂਟ ਦੇ ਵਿੱਚ ਤੁਹਾਨੂੰ ਸਟੇਟਸ ਦੇ ਨਾਮ ਹੋਣਗੇ ਦੂਜੀ ਸਟੇਟਮੈਂਟ ਦੇ ਵਿੱਚ ਕੋਸਟ ਬਾਰੇ ਲਿਖਿਆ ਹੋਊਗਾ ਸੋ ਇਸੇ ਲਈ ਮੈਂ ਤੁਹਾਨੂੰ ਬਾਰ ਬਾਰ ਫੋਕਸ ਕਰਦੀ ਹਾਂ ਕਿ ਜਦੋਂ ਵੀ ਤੁਹਾਨੂੰ ਕੋਈ ਕਰੰਟ ਅਫੇਅਰ ਆਉਂਦਾ ਉਹਦੇ ਵਿੱਚੋਂ ਜੋ ਵੀ ਸਟੈਟਿਕ ਫੈਕਟ ਹੁੰਦੇ ਨੇ ਚਾਹੇ ਉਹ ਕਿਸੇ ਵੀ ਸਬਜੈਕਟ ਨਾਲ ਰਿਲੇਟਡ ਨੇ ਨਾਲ ਦੀ ਨਾਲ ਉਹਨਾਂ ਨੂੰ ਅਲੱਗ ਤੋਂ ਤਿਆਰ ਕਰਿਆ ਕਰੋ ਨੈਕਸਟ ਹੈ ਹੈਦਰਪੁਰ ਵੈਟਲੈਂਡ ਇਹਨੂੰ 47th ਰਾਮਸਰ ਲਿਸਟ ਦੇ ਵਿੱਚ ਰੈਕੋਗਨਾਈਜ਼ ਕੀਤਾ ਗਿਆ ਤੇ ਇਹਨੂੰ ਗਲੋਬਲ ਇੰਪੋਰਟੈਂਸ ਆਫ ਵੈਟਲੈਂਡ ਕੈਟੇਗਰੀ ਵਿੱਚ ਐਡ ਕੀਤਾ ਹੈ ਵਿਦ ਰਾਮਸਰ ਕਨਵੈਨਸ਼ਨ ਹੈਦਰਪੁਰ ਵੈਟਲੈਂਡ ਕਿਹੜੀ ਸਟੇਟ ਵਿੱਚ ਹੈ ਵੈਰੀ ਵੈਰੀ ਇੰਪੋਰਟੈਂਟ ਸੋ ਕੋਆਪਰੇਟਿਵ ਇੰਸਪੈਕਟਰ ਐਗਜ਼ਾਮ ਵਾਲੇ ਸਟੂਡੈਂਟਸ ਵੀ ਇਹਨੂੰ ਧਿਆਨ ਦੇ ਨਾਲ ਯਾਦ ਕਰ ਲੈਣ ਕਿਉਂਕਿ ਜਦੋਂ ਵੀ ਇਨਵਾਇਰਮੈਂਟ ਦੀ ਗੱਲ ਆਉਂਦੀ ਹੈ ਤੇ ਕਰੰਟ ਇਸ਼ੂ ਸਬਜੈਕਟ ਸਿਲੇਬਸ ਦੇ ਵਿੱਚ ਲਿਖਿਆ ਹੁੰਦਾ ਹੈ ਤਾਂ ਉੱਥੇ ਇਸੇ ਤਰ੍ਹਾਂ ਦੇ ਕੁਐਸਚਨ ਹੀ ਦੇਖਣ ਨੂੰ ਮਿਲਦੇ ਨੇ ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਏ ਯੂਪੀ ਉੱਤਰ ਪ੍ਰਦੇਸ਼ ਨੈਕਸਟ ਹੈ ਵਟ ਇਜ਼ ਦ ਰੈਂਕ ਆਫ ਇੰਡੀਆ ਇਨ ਦ ਵਰਲਡ ਟੈਲੈਂਟ ਰੈਂਕਿੰਗ ਰਿਪੋਰਟ 2021 ਤੇ ਇਹਨੂੰ ਪਬਲਿਸ਼ ਕਿਹਨੇ ਕੀਤਾ IMD ਵਰਲਡ ਕੰਪੀਟੀਟਿਵ ਸੈਂਟਰ ਸੋ ਇੰਡੀਆ ਦਾ ਰੈਂਕ ਰਿਹਾ ਹੈ 56 ਆਪਸ਼ਨ ਸੀ ਨੈਕਸਟ ਇਸ ਕਿਹੜੀ ਕੰਟਰੀ ਨੇ ਟੌਪ ਕੀਤਾ ਇਸ ਟੈਲੈਂਟ ਰੈਂਕ ਰਿਪੋਰਟ 2021 ਦੀ ਲਿਸਟ ਵਿੱਚ ਸੋ ਟੌਪਰ ਰਹੀ ਹੈ ਨੰਬਰ 1 ਤੇ ਸਵਿਟਜ਼ਰਲੈਂਡ ਆਪਸ਼ਨ ਏ ਯੂਨਾਈਟਿਡ ਨੇਸ਼ਨ ਚਿਲਡਰਨ ਫੰਡ ਯੂਨੀਸੈਫ ਇਹਨੇ ਕਿਹਨੂੰ ਰੀਸੈਂਟਲੀ ਹੈੱਡ ਅਪੁਆਇੰਟ ਕੀਤਾ ਸੋ ਨਵੇਂ ਹੈੱਡ ਬਣਿਆ ਹੈ ਕੈਥਰੀਨ ਰੁਸੇਲ ਆਪਸ਼ਨ ਬੀ ਵੈਰੀ ਵੈਰੀ ਇੰਪੋਰਟੈਂਟ ਨੈਕਸਟ ਇਜ਼ ਰਾਇਲ ਗੋਲਡ ਮੈਡਲ 2022 ਦੇ ਜੇਤੂ ਕੌਣ ਨੇ ਤੇ ਇਹ ਮੈਡਲ ਦਿੱਤਾ ਰਾਇਲ ਇੰਸਟੀਚਿਊਟ ਆਫ ਬ੍ਰਿਟਿਸ਼ ਆਰਕੀਟੈਕਟ ਨੇ ਸੋ ਇੰਡੀਅਨ ਆਰਕੀਟੈਕਟ ਜੋ ਵਿਨਰ ਰਹੇ ਨੇ ਹੀ ਇਜ਼ ਬਾਲਾਕ੍ਰਿਸ਼ਨਾ ਦੋਸ਼ੀ ਆਪਸ਼ਨ ਏ ਨੈਕਸਟ ਇੱਕ ਮੈਥਸ ਨਾਲ ਰਿਲੇਟਡ ਅਵਾਰਡ ਹੈ 2021 ਦਾ ਰਾਮਾਨੁਜਨ ਪ੍ਰਾਈਜ਼ ਫੋਰ ਯੰਗ ਮੈਥਮੈਟੀਸ਼ੀਅਨ ਤੇ ਇਹ ਕਿਸ ਚੀਜ਼ ਲਈ ਦਿੱਤਾ ਗਿਆ ਸੋ ਇਹ ਦਿੱਤਾ ਗਿਆ ਆਊਟਸਟੈਂਡਿੰਗ ਵਰਕ ਇਨ ਐਲਜੈਬਰਿਕ ਜੁਮੈਟਰੀ ਐਂਡ ਕੋਮਿਟੇਟਿਵ ਐਲਜੈਬਰਾ ਸੋ ਇਹਦੇ ਵਿਨਰ ਰਹੇ ਹੈ ਨੀਨਾ ਗੁਪਤਾ ਆਪਸ਼ਨ ਡੀ ਨੈਕਸਟ ਹੈ ਕਿਹਨੇ ਪਿਨਾਕਾ ਐਕਸਟੈਂਡਡ ਰੇਂਜ ਰਾਕੇਟ ਡੈਵਲਪ ਕੀਤਾ ਤੇ ਸਕਸੈਸਫੁਲੀ ਟੈਸਟ ਫਾਇਰ ਹੋਇਆ ਰੀਸੈਂਟਲੀ ਸੋ ਇਹਨੂੰ ਡੈਵਲਪ ਕੀਤਾ DRDO ਆਪਸ਼ਨ ਡੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਔਨ ਵਿਚ ਡੇਟ ਇੰਟਰਨੈਸ਼ਨਲ ਯੂਨੀਵਰਸਲ ਹੈਲਥ ਕਵਰੇਜ ਡੇ ਸੈਲੀਬ੍ਰੇਟਿਡ ਸੋ ਇਹ ਸੈਲੀਬ੍ਰੇਟ ਹੁੰਦਾ ਹੈ ਆਪਸ਼ਨ ਬੀ 12 ਦਸੰਬਰ ਨੂੰ ਤੇ ਜਿੰਨੇ ਵੀ ਇੰਪੋਰਟੈਂਟ ਡੇਜ਼ ਨੇ ਵਿਦ ਥੀਮ ਆਪਾਂ ਨੇ ਪਾਰਟ 1 ਦੇ ਅੰਦਰ ਡਿਸਕਸ ਕੀਤੇ ਹਨ ਕਿਹੜੀ ਸਟੇਟ ਗਵਰਨਮੈਂਟ ਹੈ ਜਿਹਨੇ ਜਨਰਲ ਕੈਟੇਗਰੀ ਕਮਿਸ਼ਨ ਸਾਮਾਨਯ ਵਰਗ ਆਯੋਗ ਅਪਰ ਕਾਸਟ ਦੇ ਲਈ ਸੈਟਅਪ ਕੀਤਾ ਹੈ ਸੋ ਦ ਸਟੇਟ ਗਵਰਨਮੈਂਟ ਇਜ਼ ਆਫ ਹਿਮਾਚਲ ਪ੍ਰਦੇਸ਼ ਆਪਸ਼ਨ ਡੀ ਗਲੋਬਲ ਹੈਲਥ ਸਿਕਿਉਰਿਟੀ ਇੰਡੈਕਸ 2021 ਵਿੱਚ ਇੰਡੀਆ ਦਾ ਕਿਹੜਾ ਰੈਂਕ ਰਿਹਾ ਵੈਰੀ ਵੈਰੀ ਇੰਪੋਰਟੈਂਟ ਸੋ ਇੰਡੀਆ ਨੇ ਰੈਂਕ ਹਾਸਲ ਕੀਤਾ 66 ਆਪਸ਼ਨ ਸੀ 66 ਇੰਡੀਆ ਦੁਬਾਰਾ ਤੋਂ ਰੀਇਲੈਕਟ ਕੀਤਾ ਗਿਆ ਟੂ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ ਕਾਉਂਸਿਲ 2022-23 ਦੇ ਲਈ IMO ਦੇ ਹੈੱਡਕੁਆਟਰਸ ਕਿੱਥੇ ਨੇ ਸੋ ਇਹਦੇ ਹੈੱਡਕੁਆਟਰ ਨੇ ਲੰਡਨ ਯੂਨਾਈਟਿਡ ਕਿੰਗਡਮ 2021 ਮਿਸ ਯੂਨੀਵਰਸ ਕਿਹਨੇ ਜਿੱਤਿਆ ਇਹ ਕੁਐਸਚਨ ਤੁਹਾਨੂੰ ਆਉਣ ਵਾਲੇ ਕਿਸੇ ਵੀ ਐਗਜ਼ਾਮ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸੋ ਇਹਦੇ 100% ਚਾਂਸਿਸ ਨੇ ਐਗਜ਼ਾਮ ਦੇ ਵਿੱਚ ਆਉਣ ਦੇ ਵੈਰੀ ਵੈਰੀ ਇੰਪੋਰਟੈਂਟ ਪੰਜਾਬ ਨੂੰ ਬਿਲੋਂਗ ਕਰਦੇ ਆ ਹਰਨਾਸ ਸੰਧੂ ਸੋ ਇੰਡੀਆ ਵਿਨਰ ਰਿਹਾ ਮਿਸ ਯੂਨੀਵਰਸ ਕਰਾਊਨ ਦਾ ਤੇ ਨਾਮ ਹੈ ਹਰਨਾਸ ਸੰਧੂ ਆਪਸ਼ਨ ਡੀ PM ਨਰਿੰਦਰ ਮੋਦੀ ਇਨੋਗਰੇਟਿਡ ਫਸਟ ਫੇਜ਼ ਆਫ ਕਾਸ਼ੀ ਵਿਸ਼ਵਨਾਥ ਧਾਮ ਕੋਰੀਡੋਰ ਪ੍ਰੋਜੈਕਟ ਟੋਟਲ ਕੋਸਟ ਕਿੰਨੀ ਇਸ ਪ੍ਰੋਜੈਕਟ ਦੀ 339 ਕਰੋੜ ਆਪਸ਼ਨ ਬੀ ਸਰਯੂ ਨਹਿਰ ਨੈਸ਼ਨਲ ਪ੍ਰੋਜੈਕਟ ਪ੍ਰਾਈਮ ਮਿਨਿਸਟਰ ਮੋਦੀ ਨੇ ਇਨੋਗਰੇਟ ਕੀਤਾ ਹੈ ਕਿਸ ਸਟੇਟ ਵਿੱਚ ਸੋ ਦ ਸਟੇਟ ਇਸ ਯੂਪੀ ਉੱਤਰ ਪ੍ਰਦੇਸ਼ ਆਪਸ਼ਨ ਡੀ ਕਿਹੜੀ ਯੂਨੀਅਨ ਟੈਰੀਟਰੀ ਪੁਲਿਸ ਹੈ ਜਿਹਨੇ ਇੱਕ ਈ ਲਰਨਿੰਗ ਪਲੈਟਫਾਰਮ ਉੱਨਤੀ ਲਾਂਚ ਕੀਤਾ ਹੈ ਸੋ ਦੈਟ ਜਿਹੜੇ ਸਕੂਲ ਡਰੋਪ ਆਊਟਸ ਨੇ ਉਹਨਾਂ ਨੂੰ ਸਕਿੱਲ ਪ੍ਰੋਵਾਈਡ ਕਰਵਾਇਆ ਜਾਵੇ ਤੇ ਇਹਦੀ ਜਿਹੜੀ ਫਲੈਗਸ਼ਿਪ ਮੇਨ ਸਕੀਮ ਰਹੂਗੀ ਦੈਟ ਇਜ਼ ਯੁਵਾ
ਸੋ ਇਹ ਯੂਟੀ ਹੈ ਦਿੱਲੀ ਆਪਸ਼ਨ ਬੀ ਨੈਕਸਟ ਇਸ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ ਇਹਦੇ ਅੰਦਰ ਕਿਹੜੀ ਸਟੇਟ ਹੈ ਜਿਹਨੇ ਸਭ ਤੋਂ ਜ਼ਿਆਦਾ ਬੈਨੀਫਿਸ਼ਰੀਜ਼ ਦਿੱਤੇ ਨੇ ਸਭ ਤੋਂ ਜ਼ਿਆਦਾ ਫਾਇਦਾ ਲਿਆ ਇਸ ਸਕੀਮ ਦਾ ਸੋ ਮੈਕਸਿਮਮ ਬੈਨੀਫਿਸ਼ਰੀਜ਼ ਰਹੇ ਨੇ ਮਹਾਰਾਸ਼ਟਰ ਦੇ ਆਪਸ਼ਨ ਸੀ ਨੈਕਸਟ ਹੈ ਕਿਹੜੀ ਸਟੇਟ ਦੇ ਮਿਥਿਲਾ ਮਖਾਣਾ ਦਾ ਜੀਆਈ ਟੈਗ ਹੈ ਜਿਹੜਾ ਉਹ ਰਿਟੇਨ ਉਸੇ ਤਰ੍ਹਾਂ ਬਰਕਰਾਰ ਰੱਖਣ ਦੇ ਲਈ ਜਿਹੜਾ ਪ੍ਰਪੋਜ਼ਲ ਹੈ ਐਕਸੈਪਟ ਕੀਤਾ ਹੈ ਜੀਓਗ੍ਰਾਫੀਕਲ ਇੰਡੀਕੇਸ਼ਨ ਰਜਿਸਟਰੀ ਨੇ ਜੋ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਅੰਦਰ ਕੰਮ ਕਰਦੀ ਹੈ ਸੋ ਮਿਥਿਲਾ ਮਖਾਣਾ ਹੈ ਬਿਹਾਰ ਦੇ ਆਪਸ਼ਨ ਦੀ ਨੈਕਸਟ ਇਸ ਵਿਚ ਆਫ ਦ ਫੋਲੋਇੰਗ ਹੈਜ਼ ਬਿਕਮ ਵਰਲਡਸ ਫਰਸਟ ਗਵਰਨਮੈਂਟ ਟੂ ਟਰਨ 100% ਪੇਪਰਲੈਸ ਦੁਨੀਆ ਦੀ ਪਹਿਲੀ ਸਰਕਾਰ ਜਿਹਨੇ ਆਪਣਾ ਕੰਮ ਪੂਰਾ ਦਾ ਪੂਰਾ ਡਿਜੀਟਲ ਕਰ ਲਿਆ ਹੈ ਸੋ 100% ਪੇਪਰਲੈਸ ਕੀਤਾ ਹੈ ਦੁਬਈ ਗਵਰਨਮੈਂਟ ਨੇ ਦੁਬਈ UAE ਯੂਨਾਈਟਿਡ ਅਰਬ ਐਮੀਰੇਟ ਨੈਕਸਟ ਹੁਣ ਆਪਾਂ ਕੁਝ ਹੋਰ ਇੰਪੋਰਟੈਂਟ GI ਟੈਗਸ ਦੇਖ ਲੈਂਦੇ ਹਾਂ ਸੋ ਕਿਹੜੀ ਕਿਹੜੀ ਚੀਜ਼ ਨੂੰ ਕਿਹੜੀ ਯੂਟੀ ਕਿਹੜੀ ਸਟੇਟ ਤੋਂ ਬਿਲੋਂਗ ਕਰਦੀ ਹੈ ਜਿਹਨੂੰ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਮਿਲਿਆ ਹੋਇਆ ਹੈ ਸੋ ਪਹਿਲਾ ਹੈ ਮੋਇਰਾ ਬਨਾਨਾਸ ਐਂਡ ਹਰਮਲ ਚਿੱਲੀ ਖਾਜੇ ਗੋਆ ਦੇ ਦੈਨ ਤੇਜਪੁਰ ਲੀਚੀ ਅਸਮ ਸਵੀਟ ਕਕੰਬਰ ਨਾਗਾਲੈਂਡ ਅਲੀਬਾਗ ਵਾਈਟ ਅਨੀਅਨ ਮਹਾਰਾਸ਼ਟਰਾ ਵਾਡਾ ਕੋਲਮ ਰਾਈਸ ਜ਼ੀਨੀ ਪਾਲਗਾ ਡਿਸਟ੍ਰਿਕਟ ਮਹਾਰਾਸ਼ਟਰਾ ਕਰੂਪੁਰ ਕਲਮਕਰੀ ਪੇਂਟਿੰਗ ਵੈਰੀ ਵੈਰੀ ਇੰਪੋਰਟੈਂਟ ਐਗਜ਼ਾਮ ਵਿੱਚ ਬਹੁਤ ਜ਼ਿਆਦਾ ਵਾਰੀ ਇਸੇ ਟਾਈਪ ਦੇ ਕੁਐਸਚਨ ਦੇਖਣ ਨੂੰ ਮਿਲਦੇ ਨੇ ਕਲਾ ਕੁਰੀਚੀ ਵੁੱਡ ਕਾਰਵਿੰਗ ਤਮਿਲਨਾਡੂ ਮਿਥਿਲਾ ਮਖਾਣਾ ਬਿਹਾਰ ਟਾਈਮ ਮੈਗਜ਼ੀਨ ਦੇ ਦੁਆਰਾ ਪਰਸਨ ਆਫ ਦ ਈਅਰ 2021 ਲਈ ਕਿਹਦਾ ਨਾਮ ਆਇਆ ਸੋ ਦ ਵਿਨਰ ਇਸ ਨੰਬਰ 1 ਜੋ ਪੋਜੀਸ਼ਨ ਤੇ ਆਏ ਨੇ ਪਰਸਨ ਆਫ ਦ ਈਅਰ ਬਣੇ ਨੇ ਐਲਨ ਮਸਕ ਆਪਸ਼ਨ ਬੀ ਹੂ ਅਮੰਗ ਦ ਫੋਲੋਇੰਗ ਹੈਜ਼ ਰਿਸੀਵ 10th ਐਨੂਅਲ ਡਾਕਟਰ ਈਦਾ ਐਸ ਕੂਜਰ ਹਿਊਮੈਨੀਟੇਰੀਅਨ ਓਰੇਸ਼ਨ ਅਵਾਰਡ ਸੋ ਇਹ ਅਵਾਰਡ ਮਿਲਿਆ ਅਜ਼ੀਮ ਪ੍ਰੇਮ ਜੀ ਆਪਸ਼ਨ ਸੀ ਕਿਹੜੀ ਆਰਗੇਨਾਈਜੇਸ਼ਨ ਹੈ ਜਿਹਨੇ ਫਲਾਈਟ ਟੈਸਟ ਕੀਤਾ ਹੈ ਹੈਲੀਕਾਪਟਰ ਲਾਂਚ ਸਟੈਂਡ ਆਫ ਐਂਟੀ ਟੈਂਕ ਮਿਸਾਈਲ ਜਿਹਨੂੰ ਨਾਮ ਹੈ ਸੰਤ ਪੋਖਰਾਨ ਰੇਂਜ ਰਾਜਸਥਾਨ ਤੋਂ ਸੋ ਇਹ ਦੋ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਮਿਲ ਕੇ ਕੀਤਾ ਹੈ ਇੰਡੀਅਨ ਏਅਰਫੋਰਸ ਤੇ DRDO ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਸੋ ਰਾਈਟ ਆਨਸਰ ਹੈ ਆਪਸ਼ਨ ਡੀ ਬੋਥ ਏ ਐਂਡ ਬੀ ਵਿਚ ਕੰਟਰੀ ਹੈਜ਼ ਲਾਂਚ ਅ ਨਿਊ ਗਰੁੱਪ ਆਫ ਸੈਟੇਲਾਈਟ ਸੋ ਇੱਕ ਨਿਊ ਗਰੁੱਪ ਆਫ ਸੈਟੇਲਾਈਟ ਲਾਂਚ ਕੀਤੀ ਹੈ ਸ਼ੀਜ਼ਿਆਨ 605 ਇਸ ਨਾਮ ਤੋਂ ਸਪੇਸ ਦੇ ਵਿੱਚ ਫੋਰ ਸਪੇਸ ਐਕਸਪਲੋਰੇਸ਼ਨ ਤੇ ਨਿਊ ਟੈਕਨੋਲੋਜੀ ਟੈਸਟ ਕਰਨ ਦੇ ਲਈ ਸੋ ਇਹ ਜਿਹੜਾ ਨਵਾਂ ਗਰੁੱਪ ਸੈਟੇਲਾਈਟ ਦਾ ਲਾਂਚ ਕੀਤਾ ਹੈ ਸ਼ੀਜ਼ਿਆਨ ਨਾਮ ਤੋਂ ਉਹ ਕੀਤਾ ਹੈ ਚਾਈਨਾ ਨੇ ਆਪਸ਼ਨ ਏ ਪਹਿਲਾ ਡਰੋਨ ਮੇਲਾ ਕੰਟਰੀ ਦੇ ਵਿੱਚ ਕਿੱਥੇ ਆਰਗੇਨਾਈਜ਼ ਕਰਵਾਇਆ ਗਿਆ ਸੋ ਦਿਸ ਹੈਜ਼ ਬੀਨ ਆਰਗੇਨਾਈਜ਼ਡ ਐਟ ਗਵਾਲੀਅਰ ਆਪਸ਼ਨ ਸੀ ਵਿਚ ਸਟੇਟਸ ਐਸਕੋਟ ਵਾਈਲਡਲਾਈਫ ਸੈਂਚਰੀ ਹੈਜ਼ ਬੀਨ ਡਿਕਲੇਅਰਡ ਐਸ ਐਸਕੋਟ ਵਾਈਲਡਲਾਈਫ ਸੈਂਚਰੀ ਈਕੋ ਸੈਂਸਿਟਿਵ ਜ਼ੋਨ ਸੋ ਵੈਰੀ ਵੈਰੀ ਇੰਪੋਰਟੈਂਟ ਫਾਰ ਆਲ ਐਗਜ਼ਾਮ ਈਕੋ ਸੈਂਸਿਟਿਵ ਜ਼ੋਨ ਐਸਕੋਟ ਵਾਈਲਡਲਾਈਫ ਸੈਂਚਰੀ ਨੂੰ ਡਿਕਲੇਅਰ ਕੀਤਾ ਸੋ ਇਹ ਸੈਂਚਰੀ ਹੈ ਉੱਤਰਾਖੰਡ ਵਿੱਚ ਆਪਸ਼ਨ ਸੀ ਕਿਹੜੀ ਆਰਗੇਨਾਈਜੇਸ਼ਨ ਹੈ ਜਿਹਨੇ ਇੱਕ ਲੌਂਗ ਰੇਂਜ ਦੀ ਸੁਪਰਸੋਨਿਕ ਮਿਸਾਈਲ ਰੀਸੈਂਟਲੀ ਲਾਂਚ ਕੀਤੀ ਹੈ ਅਬਦੁਲ ਕਲਾਮ ਆਈਲੈਂਡ ਤੋਂ ਓਡੀਸਾ ਕੋਸ ਤੋਂ ਸੋ ਇਹਨੂੰ ਸਕਸੈਸਫੁਲੀ ਲਾਂਚ ਕੀਤਾ ਹੈ ਸਮਾਰਟ ਸਿਸਟਮ ਨੂੰ DRDO ਨੇ ਆਪਸ਼ਨ ਨੈਕਸਟ ਇਸ ਹੂ ਇਜ਼ ਦਾ ਆਥਰ ਆਫ ਨਿਊ ਬੁੱਕ ਪ੍ਰਾਈਡ ਪ੍ਰੇਜਿਸ ਪੰਡਿਟਰੀ ਸੋ ਇਹਦੇ ਆਥਰ ਹੈ ਸ਼ਸ਼ੀ ਥਰੂਰ ਆਪਸ਼ਨ ਸੀ ਵਿਚ ਸਟੇਟ ਹੈਜ਼ ਇੰਕ ਪੈਕਟ ਸੋ ਕਿਹੜੀ ਸਟੇਟ ਹੈ ਜਿਹਨੇ ICAR ਇੰਡੀਅਨ ਕਾਉਂਸਿਲ ਆਫ ਐਗਰੀਕਲਚਰ ਰਿਸਰਚ ਤੇ ਯੂਨਾਈਟਿਡ ਨੇਸ਼ਨ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ FAO ਦੇ ਨਾਲ ਇੱਕ ਪ੍ਰੋਜੈਕਟ ਦੇ ਲਈ ਟੈਕਨੀਕਲ ਕੋਆਪਰੇਸ਼ਨ ਪ੍ਰੋਜੈਕਟ ਦੇ ਲਈ ਐਗਰੀਕਲਚਰ ਨਾਲ ਰਿਲੇਟਡ ਅਗਰੀਮੈਂਟ ਸਾਈਨ ਕੀਤਾ ਸੋ ਇਹ ਅਗਰੀਮੈਂਟ ਸਾਈਨ ਕੀਤਾ ਹੈ ਆਂਧਰਾ ਪ੍ਰਦੇਸ਼ ਸਟੇਟ ਨੇ ਆਪਸ਼ਨ ਡੀ ਕਿਹੜੀ ਕੰਪਨੀ ਸੈੱਟ ਕਰੂਗੀ ਇੰਡੀਆ ਦਾ ਪਹਿਲਾ ਗ੍ਰੀਨ ਹਾਈਡਰੋਜਨ ਮਾਈਕਰੋਗ੍ਰਿਡ ਪ੍ਰੋਜੈਕਟ ਇਨ ਸਮਹਦਰੀ ਆਂਧਰਾ ਪ੍ਰਦੇਸ਼ ਸੋ ਇਹ ਹੈ NTPC ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਹੂ ਇਜ਼ ਦਾ ਹੈੱਡ ਆਫ ਐਡਵਾਈਜ਼ਰੀ ਕਮੇਟੀ ਫਾਰ ਅਲਰਟ ਸੈਟਅਪ ਬਾਏ ਸੈਬੀ ਸੋ ਇਹਦੇ ਹੈੱਡ ਹੋਣਗੇ ਮਧਾਬੀ ਪੂਰੀ ਬੁੱਚ ਸੋ ਤੁਹਾਨੂੰ ਅਲਰਟਸ ਦੀ ਫੁੱਲ ਫੋਰਮ ਵੀ ਐਗਜ਼ਾਮ ਦੇ ਵਿੱਚ ਆ ਸਕਦੀ ਹੈ ਲੈਵਰੇਜਿੰਗ ਰੈਗੂਲੇਟਰੀ ਐਂਡ ਟੈਕਨੋਲੋਜੀ ਸੋਲਿਊਸ਼ਨ ਕਿਹੜੀ ਇੰਸ਼ੋਰੈਂਸ ਕੰਪਨੀ ਨੇ ਇੰਟਰੋਡਿਊਸ ਕੀਤਾ ਹੈ ਇੱਕ ਨਵਾਂ ਨੌਨ ਲਿੰਕ ਨੌਨ ਪਾਰਟਿਸਪੇਟਿੰਗ
ਇਕੱਲਾ ਇੰਡੀਵਿਜੁਅਲ ਸੇਵਿੰਗ ਲਾਈਫ ਇੰਸ਼ੋਰੈਂਸ ਪਲਾਨ ਜਿਹਦਾ ਨਾਮ ਰੱਖਿਆ ਗਿਆ ਧਨ ਰੇਖਾ। ਸੋ ਇਹ ਇੰਸ਼ੋਰੈਂਸ ਕੰਪਨੀ ਹੈ LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਆਪਸ਼ਨ ਬੀ। ਹਰ ਸਾਲ ਕਿਸ ਦਿਨ ਵਿਜੇ ਦਿਵਸ ਮਨਾਇਆ ਜਾਂਦਾ ਹੈ? ਇੰਡੀਆ ਦੀ ਜਿੱਤ ਨੂੰ ਸੈਲੀਬ੍ਰੇਟ ਕਰਨ ਦੇ ਲਈ ਓਵਰ ਪਾਕਿਸਤਾਨ ਇਨ 1971। ਸੋ ਦਿਸ ਇਜ਼ ਸੈਲੀਬ੍ਰੇਟਡ ਔਨ 16th ਆਫ ਦਸੰਬਰ ਆਪਸ਼ਨ ਸੀ। 7th ਐਡੀਸ਼ਨ ਆਫ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਾਸ ਹੈਲਡ ਇਨ ਵਿਚ ਸਿਟੀ? ਸੋ 7th ਇੰਡੀਆ ਦਾ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਹੋਇਆ ਪਾਨਾਜੀ, ਗੋਆ। ਆਪਸ਼ਨ ਡੀ। ਕਿਹੜੀ ਸਟੇਟ ਗਵਰਨਮੈਂਟ ਹੈ ਜਿਹਨੇ ਅਗਰੀਮੈਂਟ ਸਾਈਨ ਕੀਤਾ ਹੈ ਰੇ ਪਾਵਰ ਇਨਫਰਾ ਦੇ ਨਾਲ ਇੱਕ ਫੋਟੋਵੋਲਟਿਕ ਪਾਵਰ ਸਟੇਸ਼ਨ ਬਣਾਉਣ ਦੇ ਲਈ, ਗ੍ਰੀਨ ਇਲੈਕਟ੍ਰਿਸਿਟੀ ਜਨਰੇਟ ਕਰਨ ਦੇ ਲਈ ਜੋ ਇਕਨੋਮਿਕ ਫਰੈਂਡਲੀ ਹੋਵੇ? ਸੋ ਟੋਟਲ 500 ਮੈਗਾਵਾਟ ਇਲੈਕਟ੍ਰਿਸਿਟੀ ਜਨਰੇਟ ਹੋਊਗੀ ਤੇ ਇਹ ਸਟੇਟ ਹੈ ਰਾਜਸਥਾਨ। ਆਪਸ਼ਨ ਬੀ। ਨੈਕਸਟ ਇਜ਼ ਵਿਚ ਆਫ ਦ ਫੋਲੋਇੰਗ ਕੰਪਨੀ ਹੈਜ਼ ਲਾਂਚਡ ਵੈਲਥ ਅਕੈਡਮੀ? ਇੱਕ ਐਜੂਕੇਸ਼ਨ ਪਲੈਟਫਾਰਮ ਹੈ ਟ੍ਰੇਡਰਸ ਇਨਵੈਸਟਰਸ ਨੂੰ ਟ੍ਰੇਨ ਕਰਨ ਦੇ ਲਈ। ਸੋ ਇਹ ਹੈ ਕੰਪਨੀ ਪੇਟੀਐਮ। ਆਪਸ਼ਨ ਏ। ਗਲੋਬਲ ਆਂਟਰਪ੍ਰੈਨਰ ਦਾ ਅਵਾਰਡ ਕਿਹਨੇ ਜਿੱਤਿਆ? ਬਿਜ਼ਨਸ ਟ੍ਰਾਂਸਫਰਮੇਸ਼ਨ ਫਰੋਮ ਦ ਇੰਦਸ ਆਂਟਰਪ੍ਰੈਨਰ। ਸੋ ਇਹ ਅਵਾਰਡ ਜਿੱਤਿਆ ਕੁਮਾਰ ਮੰਗਲਮ ਬਿਰਲਾ ਨੇ। ਆਪਸ਼ਨ ਸੀ। ਫਾਰਮੂਲਾ 1 ਚੈਂਪੀਅਨ ਕੌਣ ਹੈ ਜਿਨ੍ਹਾਂ ਨੇ ਨਾਈਟਹੁੱਡ ਰਿਸੀਵ ਕੀਤਾ ਹੈ ਮੋਟਰ ਸਪੋਰਟਸ ਦੇ ਵਿੱਚ ਆਪਣੀ ਸਰਵਿਸਿਜ਼ ਦੀ ਕੰਟਰੀਬਿਊਸ਼ਨ ਲਈ? ਸੋ ਹੀ ਇਜ਼ ਲੂਇਸ ਹੈਮਿਲਟਨ। ਆਪਸ਼ਨ ਡੀ। BCCI ਨੇ ਕਮੇਟੀ ਤਿਆਰ ਕੀਤੀ ਡਿਫਰੈਂਟਲੀ ਏਬਲਡ ਕ੍ਰਿਕਟਰਸ ਦੇ ਲਈ। ਪ੍ਰੈਜੈਂਟ ਸੈਕਟਰੀ ਕੌਣ ਨੇ BCCI ਦੇ? ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ। ਸੋ ਇਹਦੇ ਪ੍ਰੈਜੀਡੈਂਟ ਹੈ ਜੈ ਸ਼ਾਹ। ਆਪਸ਼ਨ ਬੀ। ਨੈਕਸਟ ਇਜ਼ ਹੂ ਅਮੰਗ ਦ ਫੋਲੋਇੰਗ ਹੈਜ਼ ਰੈਂਕਡ 8th? 8th ਰੈਂਕ ਕਿਹਦਾ ਆਇਆ ਯੋਗਫ ਐਨੂਅਲ ਲਿਸਟ ਆਫ ਵਰਲਡ ਟੌਪ 20 ਮੋਸਟ ਐਡਮਾਇਰਡ ਮੈਨ ਦੇ ਵਿੱਚ? ਸੋ 8th ਰੈਂਕ ਹਾਸਲ ਕੀਤਾ ਨਰਿੰਦਰ ਮੋਦੀ ਨੇ। ਆਪਸ਼ਨ ਬੀ। ਵਿਚ ਆਫ ਦ ਫੋਲੋਇੰਗ ਕੰਪਨੀ ਹੈਜ਼ ਬੀਨ ਅਵਾਰਡਿਡ ਵਿਦ ਪ੍ਰੈਸਟੀਜੀਅਸ ਗੋਲਡਨ ਪੀਕੌਕ ਇਨਵਾਇਰਮੈਂਟ ਮੈਨੇਜਮੈਂਟ ਅਵਾਰਡ? ਵੈਰੀ ਵੈਰੀ ਇੰਪੋਰਟੈਂਟ ਫਾਰ ਆਲ ਐਗਜ਼ਾਮ। ਸੋ ਇਹ ਇਨਵਾਇਰਮੈਂਟ ਮੈਨੇਜਮੈਂਟ ਵਾਲਾ ਗੋਲਡਨ ਪੀਕੌਕ ਅਵਾਰਡ ਜਿੱਤਿਆ ਸੇਲ ਨੇ ਸਟੀਲ ਅਥਾਰਟੀ ਆਫ ਇੰਡੀਆ। ਆਪਸ਼ਨ ਬੀ। ਕਿਹੜੀ ਆਰਗਨਾਈਜੇਸ਼ਨ ਹੈ ਜਿਹਨੇ ਸਕਸੈਸਫੁਲੀ ਟੈਸਟ ਫਾਇਰ ਕੀਤਾ ਨਵੀਂ ਜਨਰੇਸ਼ਨ ਦੀ ਬੈਲਿਸਟਿਕ ਮਿਸਾਈਲ ਜਿਹਦਾ ਨਾਮ ਹੈ ਅਗਨੀ ਪੀ? ਕਿੱਥੋਂ ਟੈਸਟ ਫਾਇਰ ਕੀਤੀ ਹੈ? ਉੜੀਸਾ ਕੋਸਟ ਬਲਾਸੋਰ ਵਿੱਚੋਂ। ਸੋ ਆਰਗਨਾਈਜੇਸ਼ਨ ਹੈ DRDO ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ। ਕੁਝ ਲਾਂਚ ਮਿਸਾਈਲ ਦੇਖ ਲੈਂਦੇ ਹਾਂ ਜੋ ਰੀਸੈਂਟਲੀ DRDO ਦੇ ਨਾਲ ਰਿਲੇਟਡ ਨੇ ਤੇ ਨਿਊਜ਼ ਵਿੱਚ ਰਹੀਆਂ ਨੇ। ਸੋ ਪਹਿਲੀ ਹੈ ਪ੍ਰਿਥਵੀ 2। ਇਹਦੀ ਰੇਂਜ ਹੈ 350 ਕਿਲੋਮੀਟਰ। ਮੈਂ ਰੇਂਜ ਅਲੱਗ ਤੋਂ ਇਸ ਲਈ ਕਰਵਾ ਰਹੀ ਹਾਂ ਕਿਉਂਕਿ ਬਹੁਤ ਵਾਰੀ ਸਟੇਟਮੈਂਟ ਬੇਸਡ ਕੁਐਸਚਨ ਦੇ ਵਿੱਚ ਕਈ ਵਾਰੀ ਦੋ ਸਟੇਟਮੈਂਟ ਵਿੱਚੋਂ ਇੱਕ ਜਿਹੜੀ ਸਟੇਟਮੈਂਟ ਹੈ 100% ਰੇਂਜ ਨਾਲ ਰਿਲੇਟਡ ਹੁੰਦੀ ਹੈ। ਜਿਵੇਂ ਇੱਕ ਸਟੇਟਮੈਂਟ ਆ ਗਈ ਕਿ ਇਹ ਸਰਫੇਸ ਟੂ ਸਰਫੇਸ ਹੈ ਜਾਂ ਸਰਫੇਸ ਟੂ ਏਅਰ ਹੈ ਜਾਂ ਫਿਰ ਆਰਗਨਾਈਜੇਸ਼ਨ ਦਾ ਨਾਮ ਆ ਗਿਆ। ਇੱਕ ਸਟੇਟਮੈਂਟ ਵਿੱਚ 100% ਰੇਂਜ ਬਾਰੇ ਗੱਲ ਕੀਤੀ ਜਾਂਦੀ ਹੈ। ਸੋ ਤੁਸੀਂ ਜਿਵੇਂ ਜੋ ਵੀ PPSC ਦੇ ਸਪੈਸ਼ਲ ਐਗਜ਼ਾਮ ਨੇ, ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੋਊਗਾ, ਕੋਆਪਰੇਟਿਵ ਇੰਸਪੈਕਟਰ ਦਾ ਹੋਊਗਾ, ਸੋ ਸਟੇਟਮੈਂਟ ਬੇਸਡ ਕੁਐਸਚਨਸ ਦੀ ਤਿਆਰੀ ਅਲੱਗ ਤੋਂ ਕਰਕੇ ਜਾਣੀ ਹੈ। ਸੋ ਪ੍ਰਿਥਵੀ 2 350 ਕਿਲੋਮੀਟਰ, ਬ੍ਰਹਮੋਸ 400 ਕਿਲੋਮੀਟਰ ਮਿਸਾਈਲ, ਸ਼ੌਰਿਆ 1000 ਕਿਲੋਮੀਟਰ, ਪ੍ਰਨਾਸ਼ 200, K4 ਨਿਊਕਲੀਅਰ 3500, ਨਿਰਭਯ 1500, ਆਕਾਸ਼ NG ਵੈਰੀ ਵੈਰੀ ਇੰਪੋਰਟੈਂਟ, ਬਹੁਤ ਹੀ ਸ਼ਾਰਟ ਰੇਂਜ ਦੀ ਹੈ 60 ਕਿਲੋਮੀਟਰ, ਅਗਨੀ 5 500, ਪਿਨਾਕਾ ਵੀ ਸ਼ਾਰਟ ਰੇਂਜ ਦੀ ਹੈ 70 ਕਿਲੋਮੀਟਰ, ਸਟੈਂਡ ਆਫ ਐਂਟੀ ਟੈਂਕ ਸੈਂਟ, ਇਹਦੀ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ, ਇਹ ਵੀ ਬਹੁਤ ਹੀ ਜ਼ਿਆਦਾ ਸ਼ਾਰਟ ਰੇਂਜ ਦੀ 10 ਕਿਲੋਮੀਟਰ। ਨੈਕਸਟ ਹੈ ਕਿਹੜੀ ਸਟੇਟ ਗਵਰਨਮੈਂਟ ਨੇ 3 ਨਵੀਆਂ ਡਿਸਟ੍ਰਿਕਟ ਕ੍ਰੀਏਟ ਕੀਤੀਆਂ ਨੇ? ਸੇਮਿਨਿਊ, ਨਿਊਲੈਂਡ, ਚੁਮੂ ਕੇਡੀਮਾ। ਸੋ ਇਹ 3 ਨਵੀਆਂ ਡਿਸਟ੍ਰਿਕਟ ਆਈਆਂ ਨੇ ਨਾਗਾਲੈਂਡ ਵਿੱਚ। ਆਪਸ਼ਨ ਡੀ। ਨੈਕਸਟ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਹੈ, ਕਿਹੜੀ ਸਟੇਟ ਦੇ ਮੁੱਖ ਮੰਤਰੀ ਨੇ ਡਿਕਲੇਅਰ ਕੀਤਾ ਹੈ ਕਿ ਲਾਰਡ ਜਗਨਨਾਥ ਰਥ ਯਾਤਰਾ ਨੂੰ ਐਨੂਅਲ ਸਟੇਟ ਫੈਸਟੀਵਲ ਡਿਕਲੇਅਰ ਕੀਤਾ ਜਾਊਗਾ? ਸੋ ਇਹ ਹੈ ਪੰਜਾਬ ਚੀਫ ਮਿਨਿਸਟਰ ਦੀ ਅਨਾਊਂਸਮੈਂਟ ਡੈਕਲੇਰੇਸ਼ਨ। ਆਪਸ਼ਨ ਡੀ। ਸੋ ਇਹ ਪੰਜਾਬ ਕਰੰਟ ਅਫੇਅਰ ਦਾ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ। ਵਟ ਵਾਸ ਦ ਰੈਂਕ ਆਫ ਇੰਡੀਆ ਇਨ ਦ 5th ਟਰੂ ਕਾਲਰ 2021 ਗਲੋਬਲ ਸਪੈਮ ਐਂਡ ਸਕੈਮ ਰਿਪੋਰਟ? ਇਹਦੇ ਵਿੱਚ ਇੰਡੀਆ ਦਾ ਰੈਂਕ ਰਿਹਾ 4th। ਆਪਸ਼ਨ ਡੀ, ਵੈਰੀ ਵੈਰੀ ਇੰਪੋਰਟੈਂਟ। ਤੇ ਇਸੇ ਰਿਪੋਰਟ ਵਿੱਚ ਟੌਪ ਕਿਹਨੇ ਕੀਤਾ, ਨੰਬਰ 1 ਤੇ ਕੌਣ ਆਈ ਹੈ ਸਪੈਮ ਤੇ ਸਕੈਮ ਵਿੱਚ ਟਰੂ ਕਾਲਰ ਦੀ? ਸੋ ਉਹ ਹੈ ਬ੍ਰਾਜ਼ੀਲ। ਆਪਸ਼ਨ।
Next is name the Indian Navy's second indigenous stealth guided missile destroyer. So Project 15B class जिन्हें अपने मेडन खाली सी ट्रायल किए सी आपां ने दसना है कि इंडियन नेवी दे दूजे अपने तैयार किए गए गाइडेड मिसाइल डिस्ट्रॉयर कित होए ने सो आंसर है ऑप्शन सी मारमुगाव हु हैज बीन अपॉइंटेड एज डीजी ऑफ ब्रह्मोस एरोस्पेस प्राइवेट लिमिटेड सो ब्रह्मोस एरोस्पेस दे डायरेक्टर जनरल नियुक्त किए ने अतुल दिनकर राणे ऑप्शन डी वेरी इंपॉर्टेंट अपॉइंटमेंट नेक्स्ट इज UN Women Award for Leadership Commitment 2021 ਕਿਨੇ ਜਿੱਤਿਆ ਸੋ ਇਹ ਜਿੱਤਿਆ ਦਿਵਿਆ ਹੈਗਡੇ ਨੇ ਤੇ ਕਿੱਥੇ ਜਿੱਤਿਆ ਸੋ ਇਹ ਜਿੱਤਿਆ ਰੀਜਨਲ ਏਸ਼ੀਆ ਪੈਸੀਫਿਕ ਵਿਮਨ ਐਮਪਾਵਰਮੈਂਟ ਪ੍ਰਿੰਸੀਪਲ ਅਵਾਰਡ ਸੈਰੇਮਨੀ ਵਿੱਚ ਸੋ ਹੁਣ ਆਪਾਂ ਇਹਦੇ ਨਾਲ ਰਿਲੇਟਡ ਕੁਝ ਹੋਰ ਇੰਪੋਰਟੈਂਟ ਫੈਕਟ ਵੀ ਦੇਖ ਲੈਂਦੇ ਆ ਪਹਿਲੀ ਚੀਜ਼ ਦਿਵਿਆ ਹੈਗਡੇ ਹੈਕੌਰਡ ਇੱਕ ਇੰਡੀਆ ਦੀ ਕਲਾਈਮੇਟ ਐਕਸ਼ਨ ਐਂਟਰਪ੍ਰੈਨਰ ਹੈ ਉਦੁੱਪੀ ਕਰਨਾਟਕਾ ਤੋਂ ਬਿਲੋਂਗ ਕਰਦੇ ਆ ਸੋ ਜਿਹੜਾ ਇਹਨਾਂ ਨੂੰ ਇਹ ਅਵਾਰਡ ਮਿਲਿਆ ਹੈ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਟਰੋਂਗ ਆਪਣੇ ਕਰੇਜੀਅਸ ਐਫਰਟਸ ਦਿਖਾਏ ਨੇ ਆਪਣੀ ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਬੈਰੋ ਇਨਵਾਇਰਮੈਂਟਲ ਸਰਵਿਸਿਸ ਸੋ ਕਲਾਈਮੇਟ ਐਕਸ਼ਨ ਜੋ ਅਲੱਗ ਅਲੱਗ ਆਪਾਂ ਨੂੰ ਪਤਾ ਹੈ ਵਾਤਾਵਰਨ ਉੱਤੇ ਮੁਸੀਬਤ ਆ ਰਹੀਆਂ ਨੇ ਆਪਣਾ ਪੋਲਿਊਸ਼ਨ ਦੀ ਜਿਹੜੀ ਇੰਨੀ ਇਸ਼ੂ ਹੋ ਰਹੀ ਹੈ ਗਲੋਬਲ ਵਾਰਮਿੰਗ ਹੈ ਸੋ ਜਿੰਨੇ ਵੀ ਅਲੱਗ ਅਲੱਗ ਕਲਾਈਮੇਟ ਚੇਂਜ ਦੇ ਨਾਲ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਸਾਰਿਆਂ ਦੇ ਨੂੰ ਰਿਡਿਊਸ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਆਪਣੇ ਵਧੀਆ ਐਫਰਟਸ ਪਾਏ ਨੇ ਦਿਵਿਆ ਹੈਗਡੇ ਨੇ ਜਿਨ੍ਹਾਂ ਦੇ ਲਈ ਇਹਨਾਂ ਨੂੰ ਇਹ ਅਵਾਰਡ ਮਿਲਿਆ ਨੈਕਸਟ ਇਹ ਗੁੱਡ ਗਵਰਨੈਂਸ ਵੀਕ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੋ ਇਹਦੇ ਲਈ ਜਿਹੜਾ ਇੱਕ ਅਲੱਗ ਤੋਂ ਪੂਰਾ ਹਫ਼ਤਾ ਐਲੋਕੇਟ ਕੀਤਾ ਹੈ ਦੈਟ ਇਜ਼ 20 ਤੋਂ ਲੈ ਕੇ 25 ਦਸੰਬਰ ਕਿਹੜੀ ਸਟੇਟ ਗਵਰਨਮੈਂਟ ਨੇ ਮੋਬਾਈਲ ਐਪ ਲਾਂਚ ਕੀਤਾ ਹੈ ਚਲੋ ਤੇ ਨਾਲ ਹੀ ਚਲੋ ਸਮਾਰਟ ਕਾਰਡ ਲਾਂਚ ਕੀਤੇ ਨੇ ਸੌਖੇ ਤਰੀਕੇ ਦੇ ਨਾਲ ਬੱਸ ਟਰੈਵਲਿੰਗ ਦੇ ਲਈ ਸੋ ਇਹ ਕੀਤਾ ਹੈ ਮਹਾਰਾਸ਼ਟਰ ਆਪਸ਼ਨ ਡੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਬੈਂਕ ਨੂੰ ਆਪਣਾ ਏਜੰਸੀ ਬੈਂਕ ਇੰਪੈਲੈਂਟ ਕੀਤਾ ਹੈ ਸੋ ਦੈਟ ਜਿਹੜਾ ਬੈਂਕ ਹੈ ਉਹ ਸੈਂਟਰਲ ਤੇ ਸਟੇਟ ਗਵਰਨਮੈਂਟ ਦਾ ਜਿਹੜਾ ਵੀ ਬਿਜ਼ਨਸ ਹੈ ਬੈਂਕਿੰਗ ਬਿਜ਼ਨਸ ਹੈ ਉਹਨੂੰ ਸੰਭਾਲ ਸਕੇ ਆਪਣਾ ਏਜੰਟ ਬੈਂਕ ਤੌਰ ਦੇ ਤੌਰ ਤੇ ਨਿਯੁਕਤ ਕੀਤਾ RBI ਨੇ ਇੰਪੈਨਲ ਕੀਤਾ ਹੈ ਸੋ ਉਸ ਬੈਂਕ ਦਾ ਨਾਮ ਹੈ CSB ਬੈਂਕ ਆਪਸ਼ਨ ਬੀ ਨੈਕਸਟ DRDO ਨੇ ਸਕਸੈਸਫੁਲੀ ਇੱਕ ਸਰਫੇਸ ਟੂ ਸਰਫੇਸ ਗਾਈਡਿਡ ਬਲਿਸਟਿੰਗ ਮਿਸਾਈਲ ਜਿਹਦੀ ਰੇਂਜ ਬਹੁਤ ਛੋਟੀ ਹੈ ਉਹਨੂੰ ਸਕਸੈਸਫੁਲੀ ਟੈਸਟ ਫਾਇਰ ਕਰਵਾਇਆ APJ ਅਬਦੁਲ ਕਲਾਮ ਆਈਲੈਂਡ ਤੋਂ ਓਡੀਸਾ ਕੋਸਟ ਸੋ ਇਹਦਾ ਨਾਮ ਹੈ ਆਪਸ਼ਨ ਸੀ ਪ੍ਰਲੇ DRDO ਸਕਸੈਸਫੁਲੀ ਟੈਸਟ ਫਾਇਰ ਦਿਸ ਸ਼ਾਰਟ ਰੇਂਜ ਪ੍ਰਲੇ ਕੀ ਹੈ ਇਹ ਸੋਲਿਡ ਫਿਊਲ ਹੈ ਬੈਟਲ ਫੀਲਡ ਮਿਸਾਈਲ ਹੈ ਬੇਸਡ ਹੈ ਪ੍ਰਿਥਵੀ ਡਿਫੈਂਸ ਵਹੀਕਲ ਤੇ ਸੋ ਪ੍ਰਿਥਵੀ ਡਿਫੈਂਸ ਵਹੀਕਲ ਆਉਂਦੀ ਹੈ ਜਿਹੜੇ ਇੰਡੀਆ ਦੀ ਬਲਿਸਟਿਕ ਮਿਸਾਈਲ ਪ੍ਰੋਗਰਾਮ ਹੈ ਜਿਹਨੂੰ DRDO ਨੇ ਡਿਵੈਲਪ ਕੀਤਾ ਹੈ ਉਹਦਾ ਹੀ ਪਾਰਟ ਹੈ ਨੈਕਸਟ ਇਸ ਪ੍ਰਲੇ ਹੈ ਇਹਦੀ ਰੇਂਜ ਕਿੰਨੀ ਹੈ ਸੋ ਐਗਜ਼ਾਮ ਦੇ ਲਈ ਰੇਂਜ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਕੁਐਸਚਨ ਦੇ ਵਿੱਚ ਹੀ ਹੈ ਸ਼ਾਰਟ ਰੇਂਜ 150 ਤੋਂ 500 ਕਿਲੋਮੀਟਰ ਸਰਫੇਸ ਟੂ ਸਰਫੇਸ ਮਿਸਾਈਲ ਹੈ ਤੇ ਇਹਦੀ ਪੇਲੋਡ ਕਪੈਸਿਟੀ ਹੈ 500 ਤੋਂ 1000 ਕਿਲੋਗ੍ਰਾਮ ਸੋ ਤੁਹਾਨੂੰ ਪੇਲੋਡ ਕਪੈਸਿਟੀ ਵੀ ਪਤਾ ਹੋਣੀ ਚਾਹੀਦੀ ਹੈ ਗਲੋਬਲ ਯੂਨੀਕੋਰਨ ਇੰਡੈਕਸ 2021 ਦੇ ਮੁਤਾਬਿਕ ਜਿਹੜੀ ਰਿਪੋਰਟ ਹੈ ਹੁਰੋਨ ਰਿਸਰਚ ਇੰਸਟੀਚਿਊਟ ਲਾਂਚ ਕਰਦੀ ਹੈ ਇਹ ਵੀ ਬਹੁਤ ਵਾਰੀ ਐਗਜ਼ਾਮ ਵਿੱਚ ਆਉਂਦਾ ਕਿ ਇਹ ਲਾਂਚ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਇੰਡੀਆ ਨੇ 2020 ਵਿੱਚ ਰੈਂਕ ਹਾਸਲ ਕੀਤਾ ਤੀਜਾ ਆਪਸ਼ਨ ਸੀ ਕਿਹੜੀ ਕੰਟਰੀ ਨੇ ਇਸ ਰਿਪੋਰਟ ਵਿੱਚ ਗਲੋਬਲ ਯੂਨੀਕੋਰਨ ਇੰਡੈਕਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਟੌਪ ਕਿਹਨੇ ਕੀਤਾ ਸੋ ਟੌਪ 'ਤੇ ਰਹੀ ਹੈ USA ਅਮੈਰੀਕਾ ਆਪਸ਼ਨ ਏ ਮਦਰ ਟ੍ਰੇਸਾ ਮੈਮੋਰੀਅਲ ਅਵਾਰਡ ਸੋਸ਼ਲ ਜਸਟਿਸ 2021 ਕਿਹਨੂੰ ਮਿਲਿਆ ਸੋ ਇਹਦਾ ਰਾਈਟ ਆਨਸਰ ਹੈ ਆਪਸ਼ਨ ਡੀ ਆਲ ਆਫ ਦਾ ਅਬਵ ਸੋ ਇਹਦੇ ਵਿਨਰ ਰਹੇ ਆ ਅਨਿਲ ਪ੍ਰਕਾਸ਼ ਜੋਸ਼ੀ ਵਿਦਯੁਤ ਮੋਹਨ ਰਿਧਿਮਾ ਪਾਂਡੇ ਨੈਕਸਟ ਇਸ ਇੱਕ ਕੰਟੈਂਪਰੇਰੀ ਮੈਸੇਜਿੰਗ ਐਪ ਲਾਂਚ ਕੀਤਾ ਹੈ ਅਸਿਗਮਾ ਕਿਹਨੇ ਲਾਂਚ ਕੀਤਾ ਹੈ ਸੋ ਇਹ ਲਾਂਚ ਕੀਤਾ ਗਿਆ ਇੰਡੀਅਨ ਆਰਮੀ ਦੇ ਦੁਆਰਾ ਵਰਲਡ ਐਂਟੀ ਡੋਪਿੰਗ ਏਜੰਸੀ ਵਾਡਾ ਨੇ ਆਪਣੀ ਇੱਕ ਲੇਟੈਸਟ ਰਿਪੋਰਟ ਕੱਢੀ ਹੈ ਜਿਹਦਾ ਟਾਈਟਲ ਹੈ 2019 ਐਂਟੀ ਡੋਪਿੰਗ ਰੂਲ ਵਾਇਲੇਸ਼ਨ ਰਿਪੋਰਟ ਸੋ ਬੇਸਿਕਲੀ ਡੋਪਿੰਗ ਸਪੋਰਟਸ ਨਾਲ ਰਿਲੇਟਿਡ ਹੈ ਜਿੱਥੇ ਡਰੱਗਸ ਵਗੈਰਾ ਲੈ ਕੇ ਜਦੋਂ ਪਲੇਅਰਸ ਪਰਫਾਰਮ ਕਰਦੇ ਨੇ ਤਾਂ ਉੱਥੇ ਟੈਸਟ ਕਰਵਾਇਆ ਜਾਂਦਾ ਹੈ ਅਤੇ ਉਹਦੇ ਕੁਝ ਰੂਲਸ ਬਣਾਏ ਹੋਏ ਨੇ ਇੰਡੀਆ ਦਾ ਰੈਂਕ ਰਿਹਾ ਤੀਜਾ ਆਪਸ਼ਨ ਸੀ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ ਇਹ ਰੂਲ ਤੋੜੇ ਨੇ ਡੋਪ ਅਫੈਂਡਰ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਰਹੇ ਨੇ ਬਾਡੀ ਬਿਲਡਿੰਗ ਵਿੱਚ 57 ਵੇਟ ਲਿਫਟਿੰਗ ਵਿੱਚ 25 ਐਥਲੈਟਿਕ ਵੀ
ਨੈਕਸਟ ਇਜ਼ ਟੌਪ ਕਿਹਨੇ ਕੀਤਾ ਹੈ ਸੋ ਇਸ ਲਿਸਟ ਵਿੱਚ ਟੌਪ ਕੀਤਾ ਹੈ ਰਸ਼ੀਆ ਨੇ ਤੇ ਨੰਬਰ 2 ਤੇ ਰਹੀ ਹੈ ਇਟਲੀ ਤੇ ਨੰਬਰ 3 ਤੇ ਆਪਾਂ ਨੇ ਦੇਖ ਲਿਆ ਇੰਡੀਆ ਨੰਬਰ 4 ਤੇ ਬ੍ਰਾਜ਼ੀਲ ਨੰਬਰ 5 ਤੇ ਇਰਾਨ ਸੋ ਤੁਸੀਂ ਐਗਜ਼ਾਮ ਦੇ ਲਈ ਇੰਡੀਆ ਦਾ ਰੈਂਕ ਤਾਂ ਯਾਦ ਕਰਨਾ ਹੀ ਕਰਨਾ ਹੈ ਟੌਪਰ ਦਾ ਰੈਂਕ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਰਸ਼ੀਆ ਬਾਕੀ ਹੁਣ ਆਪਾਂ ਕੁਝ ਹੋਰ ਇੰਪੋਰਟੈਂਟ ਇੰਡੀਆ ਦੇ ਰੈਂਕ ਦੇਖ ਲੈਂਦੇ ਹਾਂ 2021 ਦੇ ਅਲੱਗ ਅਲੱਗ ਇੰਡੈਕਸਿਸ ਵਿੱਚ ਸੋ ਕੋਈ ਵੀ ਐਗਜ਼ਾਮ ਹੋਵੇ ਇੱਕ ਜਾਂ ਦੋ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਦੇ ਨੇ ਇੱਕ ਕੁਐਸਚਨ ਤਾਂ ਕਈ ਵਾਰੀ ਹੁੰਦਾ ਵੀ ਕਿਹੜੀ ਆਰਗਨਾਈਜੇਸ਼ਨ ਨੇ ਕਿਸ ਰਿਪੋਰਟ ਕਿਸ ਇੰਡੈਕਸ ਨੂੰ ਲਾਂਚ ਕੀਤਾ ਹੈ ਇੱਕ ਹੁੰਦਾ ਡਾਇਰੈਕਟਲੀ ਵੀ ਇੰਡੀਆ ਦਾ ਕਿੰਨਾ ਰੈਂਕ ਰਿਹਾ ਜਾਂ ਫਿਰ ਟੌਪ ਕਿਹਨੇ ਕੀਤਾ ਸੋ ਹੁਣ ਆਪਾਂ ਦੇਖਦੇ ਹਾਂ ਗਲੋਬਲ ਡਰੱਗ ਪਾਲਿਸੀ ਇੰਡੈਕਸ 2021 ਵਿੱਚ ਇੰਡੀਆ ਦਾ ਰੈਂਕ ਰਿਹਾ 18ਵਾਂ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ 2022 ਵੈਰੀ ਵੈਰੀ ਇੰਪੋਰਟੈਂਟ ਇੰਡੀਆ ਸਟੂਡ ਐਟ 10th ਪੋਜੀਸ਼ਨ 2021 ਟ੍ਰੇਸ ਗਲੋਬਲ ਬ੍ਰਾਈਬਰੀ ਰਿਸਕ 82nd ਰੈਂਕ ਵਰਲਡ ਟੈਲੈਂਟ ਰੈਂਕਿੰਗ ਰਿਪੋਰਟ 56 ਗਲੋਬਲ ਹੈਲਥ ਸਿਕਿਉਰਿਟੀ ਇੰਡੈਕਸ 66 ਪੰਜਵਾਂ ਟਰੂ ਕਾਲਰ ਗਲੋਬਲ ਸਕੈਮ ਸਪੈਮ ਰਿਪੋਰਟ 2021 ਇੰਡੀਆ ਦਾ ਰੈਂਕ 4ਵਾਂ ਹਰੂਨ ਗਲੋਬਲ ਯੂਨੀਕੋਰਨ ਇੰਡੈਕਸ ਇੰਡੀਆ ਸਟੂਡ ਐਟ 3rd ਪੋਜੀਸ਼ਨ ਇੰਡੀਆ ਦੀ ਪਹਿਲੀ ਆਪਣੀ ਤਿਆਰ ਕੀਤੀ ਹੋਈ ਇੰਡੀਜੀਨੀਅਸਲੀ ਬਿਲਟ ਮਿਸਾਈਲ ਕਾਰਬੇਟ ਇੰਡੀਅਨ ਨੇਵੀ ਸ਼ਿਪ ਜਿਹਨੂੰ ਡੀਕਮਿਸ਼ਨ ਕੀਤਾ ਗਿਆ 32 ਸਾਲਾਂ ਬਾਅਦ ਵਿਸ਼ਾਖਾਪਟਨਮ ਵਿੱਚ ਸੋ ਇਹ ਹੈ INS ਕੁਕਰੀ ਆਪਸ਼ਨ ਡੀ ਕਿਹੜੀ ਸਟੇਟ ਨੇ ਟੌਪ ਕੀਤਾ ਸਮਾਲ ਸਕੇਟ ਕੈਟੇਗਰੀ ਵਿੱਚ ਇਹ ਨੀਤੀ ਆਯੋਗ 4th ਐਡੀਸ਼ਨ ਆਫ ਸਟੇਟ ਹੈਲਥ ਇੰਡੈਕਸ 2019 ਵੀ ਸੋ ਸਮਾਲ ਸਟੇਟ ਕੈਟੇਗਰੀ ਵਿੱਚ ਇਸ ਹੈਲਥ ਇੰਡੈਕਸ ਦੇ ਅੰਦਰ ਟੌਪ ਕੀਤਾ ਮਿਜ਼ੋਰਮ ਨੇ ਆਪਸ਼ਨ ਬੀ ਨੇਮ ਦ ਪਰਸਨ ਹੂ ਹੈਜ਼ ਬੀਨ ਆਨਰਡ ਵਿਦ ਗਲੋਬਲ ਇਨਵਾਇਰਮੈਂਟ ਇਨ ਕਲਾਈਮੇਟ ਐਕਸ਼ਨ ਸਿਟੀਜ਼ਨ ਅਵਾਰਡ ਸੋ ਇਹ ਅਵਾਰਡ ਦਿੱਤਾ ਗਿਆ ਵਿਰਲ ਦੇਸਾਈ ਆਪਸ਼ਨ ਸੀ ਸੁਸ਼ੀਲਾ ਦੇਵੀ ਅਵਾਰਡ 2021 ਦਾ ਕਿਹਨੇ ਜਿੱਤਿਆ ਬੈਸਟ ਬੁੱਕ ਆਫ ਫਿਕਸ਼ਨ ਦੇ ਲਈ ਤੇ ਇਹ ਨੋਵਲ ਸੀ ਜਿਹੜਾ ਜਿਹਦੇ ਲਈ ਅਵਾਰਡ ਮਿਲਿਆ ਕਿੰਤ ਸੂਗੀ ਸੋ ਇਸ ਅਵਾਰਡ ਦੇ ਵਿਨਰ ਰਹੀ ਹੈ ਅਨੁਕ੍ਰਿਤੀ ਉਪਾਧਿਆਇ ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਹੁਣ ਤੁਸੀਂ ਕੁਐਸਚਨ ਦੇ ਵਿੱਚ ਦੇਖ ਲਿਆ ਕਿ ਤੁਹਾਨੂੰ ਉਰੇ ਹਰ ਨੋਵਲ ਆ ਗਿਆ ਤਾਂ ਐਗਜ਼ਾਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਹਰ ਆਪਾਂ ਇੱਕ ਫੀਮੇਲ ਦੇ ਨਾਲ ਯੂਜ਼ ਕਰਦੇ ਹਾਂ ਸੋ ਐਗਜ਼ਾਮ ਦੇ ਵਿੱਚ ਤੁਸੀਂ ਜਿਹੜੇ ਮੇਲ ਵਾਲੀਆਂ ਆਪਸ਼ਨਸ ਨੇ ਜਿਹੜੇ ਨਾਮ ਦੇਖ ਕੇ ਤੁਹਾਨੂੰ ਲੱਗ ਰਿਹਾ ਕਿ ਮੇਲ ਦੇ ਨਾਮ ਨੇ ਉਹ ਤੁਸੀਂ ਆਪਸ਼ਨਸ ਫਟਾਫਟ ਉੱਥੇ ਕ੍ਰੋਸ ਕਰ ਸਕਦੇ ਹੋ ਸੋ ਇਸ ਤਰੀਕੇ ਦੇ ਨਾਲ ਤੁਸੀਂ ਥੋੜ੍ਹਾ ਟ੍ਰਿਕੀ ਵੇ ਦੇ ਨਾਲ ਵੀ ਸਮਾਰਟ ਵਰਕ ਕਰਕੇ ਵੀ ਆਪਸ਼ਨਸ ਨੂੰ ਡਿਡਕਟ ਕਰ ਸਕਦੇ ਹੋ ਜੇ ਕਿਤੇ ਤੁਹਾਨੂੰ ਕੁਐਸਚਨ ਦਾ ਆਨਸਰ ਨਹੀਂ ਪਤਾ ਨੈਕਸਟ ਇਜ਼ ਹੂ ਹੈਜ਼ ਬੀਨ ਅਪੁਆਇੰਟਡ ਐਜ਼ MD CEO ਆਫ ਪੰਜਾਬ ਨੈਸ਼ਨਲ ਬੈਂਕ ਸੋ PNB ਦੇ MD ਤੇ CEO ਅਪੁਆਇੰਟ ਕੀਤੇ ਗਏ ਨੇ ਅਤੁਲ ਕੁਮਾਰ ਗੋਇਲ ਆਪਸ਼ਨ ਏ ਹੂ ਅਮੰਗ ਦ ਫੋਲੋਇੰਗ ਹੈਜ਼ ਬੀਨ ਅਪੁਆਇੰਟਡ ਐਜ਼ MD ਐਂਡ CEO ਆਫ ਯੂਕੋ ਬੈਂਕ ਦੇ MD ਕੌਣ ਬਣੇ ਨੇ ਸੋਮ ਸ਼ੰਕਰ ਪ੍ਰਸਾਦ ਆਪਸ਼ਨ ਡੀ ਯਾਮਾ ਮੋਟਰ ਇੰਡੀਆ ਗਰੁੱਪ ਦੇ ਨਵੇਂ ਚੇਅਰਮੈਨ ਕੌਣ ਬਣੇ ਨੇ ਇਸ਼ਿਨ ਚਿਹਾਨਾ ਆਪਸ਼ਨ ਬੀ ਤੇ ਲਾਸਟ ਕੁਐਸਚਨ ਆਪਣਾ ਦਸੰਬਰ 2021 ਮੰਥ ਦੇ ਕਰੰਟ ਅਫੇਅਰਸ ਦੇ ਵਿੱਚੋਂ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਆਉਣ ਦੇ ਬਹੁਤ ਹਾਈ ਚਾਂਸਿਸ ਹੈ ਕਿਹੜਾ ਪਰਸਨ ਹੈ ਜਿਹਨੂੰ ਪਰਸਨ ਆਫ ਦਾ ਈਅਰ 2021 ਦਾ ਨਾਮ ਦੇ ਵਿੱਚ ਦਿੱਤਾ ਗਿਆ ਪੀਟਾ ਨੇ ਪੀਟਾ ਕੀ ਹੈ ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲਸ ਇੰਡੀਆ ਸੋ ਇਹਦੇ ਦੁਆਰਾ ਜਿਹਨੂੰ ਪਰਸਨ ਆਫ ਦਾ ਈਅਰ ਨੇਮ ਕੀਤਾ ਗਿਆ ਉਹ ਹੈ ਬਾਲੀਵੁੱਡ ਐਕਟਰੈਸ ਆਲੀਆ ਭੱਟ ਆਪਸ਼ਨ ਸੀ ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਪੀਟਾ ਦੀ ਫੁੱਲ ਫੋਰਮ ਵੀ ਐਗਜ਼ਾਮ ਦੇ ਲਈ ਤੁਸੀਂ ਜ਼ਰੂਰ ਯਾਦ ਕਰਕੇ ਜਾਣੀ ਹੈ ਸੋ ਦਿਸ ਵਾਜ ਆਲ ਆਈ ਹੋਪ ਯੂ ਲਾਈਕ ਦ ਵੀਡੀਓ ਪਲੀਜ਼ ਡੂ ਸਬਸਕ੍ਰਾਈਬ ਟੂ ਮਾਈ ਚੈਨਲ ਸ਼ੇਅਰ ਇਟ ਵਿਦ ਯੋਰ ਫਰੈਂਡਸ ਐਂਡ ਫੈਮਿਲੀ ਥੈਂਕ ਯੂ ਐਂਡ ਗੁੱਡ ਲੱਕ